ज्ञान प्रचंड, ज्ञान प्रचंड। आ तो वर्तमान तक, परम तो विज्ञान तक, जो सदैव कायम रहा वो ज्ञान है। वाहे गुरु जी का खालसा, वाहे गुरु जी की फतेह। मैं रजिंदर सिंह, मैं डॉक्टर अमनप्रीत कौर, ते असी हाजर हाँ प्रश्नोत्तरी मुकाबले ज्ञान प्रचंड सीजन टू दे नाल। ज्ञान प्रचंड, ज्ञान प्रचंड। धर्म प्रचार कमेटी श्रोमणी गुरुद्वारा प्रबंधक कमेटी दे सहयोग नाल डायरेक्टोरेट ऑफ एजुकेशन वालों ए मुकाबले आयोजित किए गए हैं। इन्हां नूं समर्पित किया गया जी साहिब श्री गुरु रामदास पातशाह जी दे 450 साल गुरियाई दिवस अते साहिब श्री गुरु अमरदास पातशाह जी दे 450 साल ज्योति जोत दिवस नूं जी। ते इन्हां मुकाबलियां दे विच डायरेक्टोरेट ऑफ एजुकेशन दे प्रबंध अधीन चल रहे 51 स्कूलां दीआं टीमां भाग लै रहीआं ने जी। चार टीमां पहुंच चुकीआं ने ते साडी पहली टीम पहुंची है जी बीबी रजनी पब्लिक सीनियर सैकेंडरी स्कूल पट्टी तरन तारण तो। ते दूसरी टीम है श्री गुरु रामदास खालसा सीनियर सैकेंडरी स्कूल रामसर रोड श्री अमृतसर साहिब तो। ते साड़ी तीसरी टीम पहुंची है जी श्री गुरु हरगोबिंद साहिब सीनियर सैकेंडरी स्कूल रामदास श्री अमृतसर साहिब तो। ते वारी आ जाती है जी तो टीम उड़ा दी थोड़ा सवाल तुसी पंक्ति पूरी करनी है त्यो पंक्ति है जी इंद्राण इंद्र बालान बाल आखा जीवा विसरे मर जाओ आखनी औखा साचा ना हो। बिलकुल सही जवाब और बड़ी सोहनी तैयारी नाल ये दो टीमां चल दिया हुई हैं। ते दे नाल ही दोनों टीमां ने अपने खाते दे विच 10-10 अंक जोड़ लए ने। तिवारी टीम इड़ी दी तुसी भी पंक्ति ही पूरी करनी है। ये पंक्ति है जी धर्म खंड का एहो धर्म ज्ञान खंड का आखो कर्म। ज्ञान खंड का आखो कर्म क्या बात है जी बिल्कुल दुरुस्त जवाब जी। इस तरीके इस टीम ने भी अपने खाते दे विच 10 अंक जोड़ लेने जी। सो हुण गुरबाणी राउंड दे विच टीम ससा इस राउंड दा आखरी सवाल जांदा है। तुसी पंक्ति पूरी करनी है गगन में थाल रवचंद दीपक बने तारका मंडल जनक मोती। बिल्कुल सही। सो हुण तुसी अपना खाता खोल ले इस मुकाबले दे विच ते असी परमात्मा नूं अरदास करदे हां कि इसी तरह चारों टीमां बहुत सोहणा खेडण ते जिहड़ा पहला राउंड सी ओह इत्थे मुकम्मल हो जांदा है। इस तों पहला कि असी इक अगले राउंड दी शुरुआत करिए मैं एक गल होर दसनी चाहवां कि डायरेक्टोरेट ऑफ एजुकेशन दे वल्लों जिवें मुकाबले करवाए जा रहे ने ਹੋਰ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਜਿਵੇਂ ਨਿਸ਼ਚੈ ਅਕੈਡਮੀ ਚਲਾਈ ਜਾ ਰਹੀ ਹੈ ਜਿੱਥੇ ਪ੍ਰਸ਼ਾਸਨਿਕ ਸੇਵਾਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਬੱਚਿਆਂ ਨੂੰ। ਬੱਚੇ ਮੁਫਤ ਦੇ ਵਿੱਚ ਸਿੱਖਿਆ ਹਾਸਲ ਕਰਦੇ ਨੇ ਹੋਰ ਵੱਡੇ ਵੱਡੇ ਕਾਰਜ ਕੀਤੇ ਜਾ ਰਹੇ ਨੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਵੱਲੋਂ ਜੀ। ਵੱਡੇ ਵੱਡੇ ਅਹੁਦਿਆਂ ਤੇ ਆਪਣੇ ਬੱਚਿਆਂ ਨੂੰ ਵੇਖਣ ਲਈ
ਸਾਡਾ ਜਿਹੜਾ ਸੁਪਨਾ ਹੈ ਉਹ ਅਸੀਂ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪਰਮਾਤਮਾ ਦੀ ਪੂਰੀ ਮਿਹਰ ਸਦਕਾ ਇਹ ਸਾਡਾ ਸੁਪਨਾ ਪੂਰਾ ਵੀ ਹੋਏਗਾ ਜੀ, ਕਿਉਂਕਿ ਨਿਸ਼ਚੈ ਅਕੈਡਮੀ ਦੇ ਵਿੱਚ ਉਹ ਹੋਣਹਾਰ ਬੱਚੇ ਸਿੱਖਿਆ ਲੈ ਰਹੇ ਨੇ ਜਿਨ੍ਹਾਂ ਦੇ ਪਹਿਲਾਂ ਰਿਟਨ ਟੈਸਟ ਹੋਏ, ਫਿਰ ਉਹ ਇੰਟਰਵਿਊ ਵਿੱਚ ਅਪੀਅਰ ਹੋਏ ਤੇ ਉਹ ਗੁਰਸਿੱਖ ਬੱਚੇ ਨੇ ਤੇ ਪੂਰੀ ਤਿਆਰੀ ਦੇ ਨਾਲ ਉਹ ਉੱਥੇ ਆਪਣੀ ਲਗਨ ਦੇ ਨਾਲ ਮਿਹਨਤ ਕਰ ਰਹੇ ਨੇ ਤੇ ਹੁਣ ਆਪਾਂ ਪੂਰਾ ਹੋਏ ਵਧੀਆ ਹੋਏਗਾ ਉਹਨਾਂ ਦਾ। ਬਿਲਕੁਲ ਜੀ, ਤੇ ਹੁਣ ਅਸੀਂ ਅਗਲੇ ਰਾਊਂਡ ਦੇ ਵੱਲ ਵਧਦੇ ਹਾਂ ਜੀ। ਸਾਡਾ ਦੂਸਰਾ ਰਾਊਂਡ ਇਹ ਸੰਬੰਧਿਤ ਹੈ ਜੀ ਗੁਰ ਇਤਿਹਾਸ ਦੇ ਨਾਲ ਤੇ ਇਸ ਦੇ ਵਿੱਚ ਹਰ ਟੀਮ ਦੇ ਪਾਸੋਂ ਚਾਰ ਚਾਰ ਸਵਾਲ ਪੁੱਛੇ ਜਾਣੇ ਨੇ ਜੀ ਤੇ ਹਰ ਸਵਾਲ ਦਾ ਜਵਾਬ ਦੇਣ ਦੇ ਲਈ ਤੁਹਾਨੂੰ ਮਿਲੇਗਾ 15 ਸੈਕਿੰਡ ਦਾ ਸਮਾਂ। ਸੋ ਪਹਿਲੀ ਟੀਮ ਕੋਲ ਚੱਲਦੇ ਹਾਂ, ਟੀਮ ਊੜਾ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਕਿਸਦੇ ਰਾਜ ਸਮੇਂ ਹੋਈ? ਤੁਹਾਨੂੰ ਆਪਸ਼ਨਸ ਮਿਲਣਗੇ ਕਿਉਂਕਿ ਇਹ ਰਾਊਂਡ ਆਪਸ਼ਨਸ ਵਾਲਾ ਹੈ, ਠੀਕ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਕਿਸਦੇ ਰਾਜ ਸਮੇਂ ਹੋਈ? ਅਕਬਰ, ਜ਼ਕਰੀਆ ਖਾਂ, ਸ਼ਾਹਜਹਾਂ, ਔਰੰਗਜ਼ੇਬ। ਜ਼ਕਰੀਆ ਖਾਂ। ਸੋ ਫਿਰ ਇੱਕ ਵਾਰੀ ਸਹੀ ਜਵਾਬ, ਬਿਲਕੁਲ ਸਹੀ ਜਵਾਬ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਜ਼ਕਰੀਆ ਖਾਂ ਦੇ ਰਾਜ ਵਿੱਚ ਹੋਈ ਸੀ। ਸੋ ਸਹੀ ਜਵਾਬ ਦੇ ਨਾਲ ਨਾਲ ਇਹਨਾਂ ਨੇ ਆਪਣੇ ਖਾਤੇ ਵਿੱਚ ਅੰਕ ਜੋੜ ਲਏ ਨੇ। ਤੇ ਵਾਰੀ ਟੀਮ ਆਲਾ ਦੀ, ਤਿਆਰ ਹੋ ਜੀ। ਤੇ ਤੁਹਾਡਾ ਸਵਾਲ ਹੈ ਜੀ, ਤੁਸੀਂ ਉਸ ਬਾਦਸ਼ਾਹ ਦਾ ਨਾਮ ਦੱਸਣਾ ਹੈ ਜਿਹੜਾ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਮਿਲਿਆ ਸੀ। ਤੁਹਾਡੇ ਆਪਸ਼ਨ ਨੇ ਜੀ, ਅਕਬਰ, ਜਹਾਂਗੀਰ, ਸ਼ੇਰ ਸ਼ਾਹ ਸੂਰੀ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ। ਅਕਬਰ ਪਾਤਸ਼ਾਹ। ਕਿਆ ਬਾਤ ਹੈ ਜੀ, ਇਹਨਾਂ ਦਾ ਉੱਤਰ ਬਿਲਕੁਲ ਦਰੁਸਤ ਹੋ ਜਾਂਦਾ ਹੈ ਤੇ ਇਸ ਦੇ ਨਾਲ ਹੀ ਇਸ ਟੀਮ ਨੇ ਆਪਣੇ ਖਾਤੇ ਦੇ ਵਿੱਚ 10 ਅੰਕ ਜੋੜ ਲਏ ਨੇ ਜੀ। ਤੇ ਹੁਣ ਅਸੀਂ ਚੱਲਦੇ ਹਾਂ ਈਡੀ ਟੀਮ ਦੇ ਕੋਲ, ਆਪਸ਼ਨਸ ਧਿਆਨ ਨਾਲ ਸੁਣਨੇ ਆ, ਠੀਕ ਹੈ। ਕੁਐਸਚਨ ਤੋਂ ਬਾਅਦ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦਾ ਨਾਂ ਕੀ ਹੈ? ਦਸਮ ਗ੍ਰੰਥ, ਬਚਿੱਤਰ ਨਾਟਕ, ਸ੍ਰੀ ਗੁਰਬਿਲਾਸ ਪਾਤਸ਼ਾਹੀ ਦਸਵੀਂ, ਸ੍ਰੀ ਗੁਰਸੋਭਾ। ਬਚਿੱਤਰ ਨਾਟਕ। ਹਜੇ ਹੈਗਾ ਟਾਈਮ, ਬਚਿੱਤਰ ਨਾਟਕ ਆਨਸਰ। ਸਹੀ ਜਵਾਬ ਹੈ ਤੁਹਾਡੇ ਸਵਾਲ ਦਾ ਜਵਾਬ ਕੀ ਦਿੰਦੇ ਹੋ ਤੁਸੀਂ ਜੀ? ਤੁਹਾਡਾ ਸਵਾਲ ਹੈ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਦੇ ਅੰਤਿਮ 10 ਵਰੇ ਕਿੱਥੇ ਬਤੀਤ ਕੀਤੇ ਸੀ? ਤੁਹਾਡੇ ਆਪਸ਼ਨ ਨੇ ਕੀਰਤਪੁਰ ਸਾਹਿਬ, ਅੰਮ੍ਰਿਤਸਰ ਸਾਹਿਬ, ਬਾਬਾ ਬਕਾਲਾ ਜਾਂ ਕਹਿਲੌਰ। ਕੀਰਤਪੁਰ ਸਾਹਿਬ। ਕੀਰਤਪੁਰ ਸਾਹਿਬ ਇਹਨਾਂ ਦੇ ਵੱਲੋਂ ਜਵਾਬ ਆਉਂਦਾ ਹੈ ਜੀ, ਕੀਰਤਪੁਰ ਸਾਹਿਬ। ਪਰ ਇਹ ਜਵਾਬ ਬਿਲਕੁਲ ਸਹੀ ਹੈ ਜੀ, ਤੁਸੀਂ ਵੀ ਆਪਣੇ ਖਾਤੇ ਦੇ ਵਿੱਚ 10 ਅੰਕ ਨੇ ਜਿਹੜੇ ਉਹ ਜੋੜ ਲਏ ਨੇ ਜੀ। ਤੇ ਸਸਾ ਟੀਮ ਨੇ ਇਸ ਰਾਊਂਡ ਦਾ ਜਿਹੜਾ ਪਹਿਲਾ ਸਵਾਲ ਸੀਗਾ ਉਹਨਾਂ ਤੋਂ ਪੁੱਛਿਆ, ਉਹਦਾ ਸਹੀ ਜਵਾਬ ਦਿੱਤਾ। ਹੁਣ ਅਸੀਂ ਚੱਲਦੇ ਹਾਂ ਊੜਾ ਟੀਮ ਕੋਲ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਕਦੋਂ ਹੋਈ? ਆਪਸ਼ਨਸ ਨੇ 1677 ਈਸਵੀ, 1676 ਈਸਵੀ, 1675 ਈਸਵੀ ਜਾਂ 1678 ਈਸਵੀ। 1675 ਈਸਵੀ। ਬੜੀ ਤੇਜ਼ੀ ਨਾਲ ਜਵਾਬ ਆਉਂਦਾ ਇਧਰੋਂ ਤੇ ਸਹੀ ਵੀ ਹੁੰਦਾ ਹਰ ਵਾਰ। ਬਿਲਕੁਲ ਸਹੀ ਜਵਾਬ ਇਹਨਾਂ ਦਾ, 1675 ਈਸਵੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਸੀ ਤੇ 10 ਅੰਕ ਇਹਨਾਂ ਦੇ ਖਾਤੇ ਦੇ ਵਿੱਚ ਜੀ। ਤੇ ਅਗਲੀ ਟੀਮ, ਤੁਹਾਡਾ ਅਗਲਾ ਸਵਾਲ, ਤੁਹਾਡਾ ਸਵਾਲ ਹੈ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਕਦੋਂ ਹੋਇਆ? ਤੁਹਾਡੇ ਆਪਸ਼ਨ ਨੇ 1504 ਈਸਵੀ ਵਿੱਚ,
1505 ਈਸਵੀ ਵਿੱਚ, 1506 ਈਸਵੀ ਵਿੱਚ ਜਾਂ ਫਿਰ 1507 ਈਸਵੀ ਦੇ ਵਿੱਚ। 1504 ਈਸਵੀ ਵਿੱਚ। 1504 ਈਸਵੀ ਦੇ ਵਿੱਚ। ਬੜੇ ਹੀ ਬਖੂਬੀ ਢੰਗ ਦੇ ਨਾਲ ਇਹਨਾਂ ਨੇ ਜਵਾਬ ਦਿੱਤਾ ਹੈ ਤੇ ਇਹਨਾਂ ਦੇ ਜਵਾਬ ਵੀ ਬਿਲਕੁਲ ਸਹੀ ਹੈ। ਟੀਮ ਆੜਾ ਨੇ ਵੀ ਆਪਣੇ ਖਾਤੇ ਦੇ ਵਿੱਚ 10 ਅੰਕ ਜੋੜ ਲਏ ਨੇ ਜੀ। ਫਿਰ ਚੱਲਦੇ ਹਾਂ ਹੁਣ ਟੀਮ ਈੜੀ ਕੋਲ। ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਕਦੋਂ ਹੋਇਆ? 1479 ਈਸਵੀ ਚ, 1478 ਈਸਵੀ ਚ, 1477 ਈਸਵੀ ਚ ਜਾਂ 1476 ਈਸਵੀ ਦੇ ਵਿੱਚ? 1479 ਈਸਵੀ ਵਿੱਚ। ਟੀਮ ਨੇ ਸਲਾਹ ਕੀਤੀ ਫਿਰ ਜਵਾਬ ਦਿੱਤਾ ਤੇ ਜਿੱਥੇ ਤਿੰਨ ਜਾਣੇ ਇਕੱਠੇ ਹੋ ਗਏ ਇੱਕੋ ਹੀ ਜਵਾਬ ਦੇ ਰਹੇ ਤੇ ਉਹ ਸਹੀ ਹੋਣਾ ਵਾਜਿਬ ਹੈ। ਬਿਲਕੁਲ ਸਹੀ ਜਵਾਬ ਇਹਨਾਂ ਨੇ ਦਿੱਤਾ ਹੈ। 1479 ਈਸਵੀ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਹੋਇਆ ਸੀ ਜੀ। ਟੀਮ ਸੱਸਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਤਿਆਰ ਹੋ? ਤੁਹਾਡਾ ਸਵਾਲ ਵੀ ਤਿਆਰ ਹੈ ਜੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਹੋਇਆ? ਤੁਹਾਡੇ ਆਪਸ਼ਨ ਨੇ 1595 ਈਸਵੀ ਵਿੱਚ, 1594 ਈਸਵੀ ਵਿੱਚ, 1596 ਈਸਵੀ ਵਿੱਚ, 1597 ਈਸਵੀ ਦੇ ਵਿੱਚ। 1595 ਈਸਵੀ ਦੇ ਵਿੱਚ। ਜਦੋਂ ਆਪਸ਼ਨ ਬੋਲੀਆਂ ਜਾ ਰਹੀਆਂ ਸੀ ਸ਼ਾਇਦ ਲੱਗ ਰਿਹਾ ਸੀ ਅੱਗੇ ਹੋਰ ਕੋਈ ਲੋੜ ਨਹੀਂ, ਪਤਾ ਸੀ ਤੇ ਬਿਲਕੁਲ ਜੀ ਤੁਹਾਨੂੰ ਸਹੀ ਪਤਾ ਹੈ। ਇਹ ਉੱਤਰ ਇਹਨਾਂ ਦਾ ਦਰੁਸਤ ਹੁੰਦਾ ਹੈ। ਟੀਮ ਸੱਸਾ ਨੇ ਆਪਣੇ ਖਾਤੇ ਦੇ ਵਿੱਚ 10 ਅੰਕ ਜੋੜ ਲਏ ਨੇ ਜੀ। ਤੇ ਫਿਰ ਚੱਲਦੇ ਹਾਂ ਟੀਮ ਉਹਨਾਂ ਦੇ ਕੋਲ ਤੇ ਇਹ ਰਾਊਂਡ ਜਿਹੜਾ ਬੱਚੇ ਚੱਲ ਰਿਹਾ ਗੁਰ ਇਤਿਹਾਸ ਨਾਲ ਸੰਬੰਧਿਤ, ਇਹਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਸਾਡੇ ਜਿਹੜੇ ਉਹਨਾਂ ਦੇ ਜੀਵਨ ਜਾਂਚ ਹੈ ਜਿਹੜਾ ਪੂਰੇ ਜੀਵਨ ਦੇ ਬਾਰੇ ਪੜ੍ਹਨਾ ਹੁੰਦਾ ਹੈ ਨਾ। ਤੁਸੀਂ ਪੜ੍ਹ ਕੇ ਵੀ ਆਏ ਹੋ, ਬੜੇ ਸੋਹਣੇ ਜਵਾਬ ਦੇ ਰਹੇ ਹੋ ਤੇ ਤੁਸੀਂ ਦੱਸ ਸਕਦੇ ਹੋ ਵੀ ਜਦੋਂ ਅਸੀਂ ਉਹਨਾਂ ਦੇ ਜੀਵਨ ਨੂੰ ਪੜ੍ਹਦੇ ਹਾਂ ਤਾਂ ਕੀ ਸੇਧ ਮਿਲਦੀ ਹੈ ਸਾਨੂੰ? ਸਾਡੇ ਸਿੱਖ ਗੁਰੂ ਸਾਹਿਬ ਨੇ ਉਹਨਾਂ ਦੇ ਜੀਵਨ ਬਾਰੇ ਅਸੀਂ ਪੜ੍ਹਿਆ ਤੇ ਕੁਛ ਸਿੱਖਿਆ, ਤੁਸੀਂ ਕੋਈ ਦੱਸ ਸਕਦੇ ਕੋਈ ਵੀ ਟੀਮ ਦੇ ਵਿੱਚੋਂ? ਟੀਮ ਈੜੀ ਨੇ ਮਾਈਕ ਫੜਿਆ ਹੈ ਜੀ। ਜੀ ਜਦੋਂ ਅਸੀਂ ਆਪਣੇ ਗੁਰ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਸਾਨੂੰ ਹਮੇਸ਼ਾ ਇਹ ਸਿੱਖਿਆ ਮਿਲਦੀ ਆ ਕਿ ਜਿਵੇਂ ਸਾਡੇ ਗੁਰੂ ਸਾਹਿਬਾਨ ਜੀ ਨੇ ਸਿੱਖੀ ਸਿੱਧਕ ਨੂੰ ਨਿਭਾਇਆ ਵਾ, ਅਸੀਂ ਵੀ ਨਿਭਾਈਏ, ਅਸੀਂ ਕਦੇ ਵੀ ਆਪਣੀ ਸਿੱਖੀ ਤੋਂ ਮੂੰਹ ਨਾ ਮੋੜੀਏ। ਕਿਆ ਬਾਤ, ਬਿਲਕੁਲ ਸਹੀ ਜਵਾਬ। ਔਰ ਇਸੇ ਜਵਾਬ ਦੀ ਸਾਨੂੰ ਇੱਛਾ ਸੀ, ਬਹੁਤ ਸਹੀ ਜਵਾਬ ਦਿੱਤਾ ਬੱਚੇ ਨੇ। ਸੋ ਤੁਹਾਡੇ ਸਾਰਿਆਂ ਦੇ ਮਨ ਵਿੱਚ ਇਹ ਗੱਲ ਸੀ ਪਰ ਉਹਨਾਂ ਨੇ ਇਹ ਦੱਸ ਦਿੱਤਾ ਤੇ ਫਿਰ ਅਸੀਂ ਚੱਲਦੇ ਹਾਂ ਦੁਬਾਰਾ ਮੁਕਾਬਲੇ ਵੱਲ। ਤੇਗ ਬਹਾਦਰ ਦਾ ਸ਼ਾਬਦਿਕ ਅਰਥ ਕੀ ਹੈ? ਤੇਗਮਲ, ਕਲਮ ਦਾ ਧਨੀ, ਘੋੜ ਸਵਾਰੀ ਵਿੱਚ ਨਿਪੁੰਨ, ਤਲਵਾਰ ਦਾ ਵੀਰ ਯੋਧਾ। ਤਲਵਾਰ ਦਾ ਵੀਰ ਯੋਧਾ। ਜੀ ਬਿਲਕੁਲ, ਤੇਗ ਦਾ ਮਤਲਬ ਤਲਵਾਰ, ਤਲਵਾਰ ਦਾ ਵੀਰ ਯੋਧਾ ਤੇਗ ਬਹਾਦਰ ਦਾ ਸ਼ਾਬਦਿਕ ਅਰਥ ਹੈ। ਸਹੀ ਜਵਾਬ ਟੀਮ ਊੜਾ ਵੱਲੋਂ। ਟੀਮ ਆੜਾ, ਤੁਹਾਡਾ ਸਵਾਲ ਹੈ ਜੀ, ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੁੱਲ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਹੈ? ਤੁਹਾਡੇ ਆਪਸ਼ਨ ਨੇ 908, 909, 90 ਜਾਂ ਫਿਰ 907। ਸ੍ਰੀ ਗੁਰੂ ਅਮਰਦਾਸ ਜੀ ਨੇ 907 ਸ਼ਬਦਾਂ ਦੀ ਰਚਨਾ ਕੀਤੀ। 907 ਸ਼ਬਦਾਂ ਦੀ ਇਹ ਮਿਲ ਕੇ ਕੀਤੀ ਸੀ ਤਿੰਨਾਂ ਨੇ ਤਿਆਰੀ ਜਾਂ ਇੱਕ ਇੱਕ ਕਰਕੇ? ਮਿਲ ਕੇ ਕੀਤੀ ਸੀ ਤੇ ਬਿਲਕੁਲ ਜੀ ਇੱਥੇ ਤੁਹਾਡੀ ਤਿਆਰੀ ਬਾਖੂਬੀ ਬੋਲ ਵੀ ਰਹੀ ਹੈ ਕਿਉਂਕਿ ਤੁਹਾਡਾ ਇਹ ਉੱਤਰ ਬਿਲਕੁਲ ਸਹੀ ਹੋ ਚੁੱਕਿਆ ਹੈ। ਤੁਸੀਂ ਵੀ ਆਪਣੇ ਖਾਤੇ ਵਿੱਚ 10 ਅੰਕ ਜੋੜ ਲਏ ਨੇ ਜੀ। ਤੇ ਹੁਣ ਚੱਲਦੇ ਆ ਈਵੀ ਟੀਮ ਕੋਲ। ਤੁਹਾਡੇ ਲਈ ਸਵਾਲ ਹੈ, ਭਾਈ ਗੁਰਦਾਸ ਜੀ ਦੀ ਬ੍ਰਿਜ ਭਾਸ਼ਾ ਵਿੱਚ ਕਿਹੜੀ ਰਚਨਾ ਹੈ? ਸਲੋਕ,
ਵਾਰਾਂ, ਪੌੜੀਆਂ ਜਾਂ ਕਵਿਤ ਸਵਈਏ? ਸੋ ਜਵਾਬ ਆਇਆ ਕਵਿਤ ਸਵਈਏ, ਬਿਲਕੁਲ ਸਹੀ ਜਵਾਬ ਹੈ ਫਿਰ ਤੋਂ। ਤੇ ਤੁਸੀਂ ਖਾਤੇ ਵਿੱਚ ਕਿੰਨੇ ਨੰਬਰ ਜੋੜ ਲਏ? ਤਾਂ ਇਸ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਟੀਮ ਸੱਸਾ ਦੇ ਕੋਲ। ਤੁਹਾਡਾ ਸਵਾਲ ਹੈ ਜੀ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ? ਠੀਕ ਹੈ ਜੀ, ਤੁਹਾਡੇ ਆਪਸ਼ਨ ਨੇ ਮਾਤਾ ਨਾਨਕੀ ਜੀ, ਮਾਤਾ ਤ੍ਰਿਪਤਾ ਜੀ, ਮਾਤਾ ਸਭਰਾਈ ਜੀ ਜਾਂ ਮਾਤਾ ਗੰਗਾ ਜੀ। ਮਾਤਾ ਨਾਨਕੀ ਜੀ। ਮਾਤਾ ਨਾਨਕੀ ਜੀ, ਕਿਆ ਬਾਤ ਹੈ ਜੀ, ਬਿਲਕੁਲ ਦਰੁਸਤ ਜਵਾਬ ਦਿੰਦੀ ਹੋਈ ਟੀਮ ਸੱਸਾ ਤੇ ਆਪਣੇ ਖਾਤੇ ਵਿੱਚ 10 ਅੰਕ ਵੀ ਜੋੜ ਲਏ ਨੇ ਜੀ। ਤੁਸੀਂ ਦੇਖ ਲਓ ਰਜਿੰਦਰ ਸਿੰਘ ਜੀ, ਮੁਕਾਬਲਾ ਬੜਾ ਫਸਵਾ ਹੈ ਜੀ। ਸਾਰੀਆਂ ਟੀਮਾਂ ਤਿਆਰੀ ਨਾਲ ਆਈਆਂ ਨੇ ਤੇ ਦੂਸਰੇ ਰਾਊਂਡ ਦੇ ਹੁਣ ਅਸੀਂ ਜਿਹੜਾ ਆਖਰੀ ਸਵਾਲ ਆ ਉਹਦੇ ਤੇ ਪਹੁੰਚ ਚੁੱਕੇ ਹਾਂ। ਭਾਈ ਮਰਦਾਨਾ ਜੀ ਦੇ ਪੁੱਤਰਾਂ ਦੇ ਨਾਮ ਦੱਸੋ। ਮੋਹਨ ਜੀ ਅਤੇ ਮੋਹਰੀ ਜੀ, ਦਰਜਾ ਸਿੰਘ ਜੀ, ਬੋਤਾ ਸਿੰਘ ਜੀ, ਰਜਾਦਾ ਜੀ ਤੇ ਸਜਾਦਾ ਜੀ, ਦਾਤੂ ਜੀ ਤੇ ਦਾਸੂ ਜੀ। ਬਿਲਕੁਲ ਸਹੀ ਜਵਾਬ ਰਜਾਦਾ ਜੀ ਤੇ ਸਜਾਦਾ ਜੀ। ਤੇ ਫਿਰ ਤੋਂ ਉਹਨਾਂ ਟੀਮ ਆਪਣੇ ਖਾਤੇ ਵਿੱਚ ਅੰਕ ਜੋੜ ਕੇ ਅੱਗੇ ਵਧਦੀ ਹੋਈ। ਅਗਲੀ ਟੀਮ, ਤੁਹਾਡਾ ਸਵਾਲ ਹੈ ਜੀ, ਬੰਦਗੀ ਨਾਮਾ ਦਾ ਨਾਮ ਬਦਲ ਕੇ ਕੀ ਰੱਖਿਆ ਗਿਆ ਹੈ? ਤੁਹਾਡੇ ਆਪਸ਼ਨ ਨੇ ਜਫਰਨਾਮਾ, ਬੰਦਗੀ ਦਾ ਸਾਧਨ, ਜ਼ਿੰਦਗੀ ਨਾਮਾ ਜਾਂ ਫਿਰ ਗੰਜਨਾਮਾ। ਜ਼ਿੰਦਗੀ ਨਾਮਾ। ਜਵਾਬ ਆਉਂਦਾ ਹੈ ਜ਼ਿੰਦਗੀ ਨਾਮਾ। ਕੀ ਲੱਗਦਾ, ਸਹੀ ਹੈ? ਬਿਲਕੁਲ ਜੀ, ਇਹਨਾਂ ਦਾ ਸਵਾਲ ਦਾ ਜਵਾਬ ਹੈ ਜਿਹੜਾ ਉਹ ਬਿਲਕੁਲ ਦਰੁਸਤ ਹੈ ਤੇ ਟੀਮ ਨੇ ਖਾਤੇ ਵਿੱਚ 10 ਅੰਕ ਜੋੜ ਲਏ ਨੇ ਜੀ। ਤੁਸੀਂ ਇੱਕ ਚੀਜ਼ ਦੇਖੀ ਕਿ ਜਦੋਂ ਕੋਈ ਟੀਮ ਸਹੀ ਜਵਾਬ ਦਿੰਦੀ ਹੈ ਤਾਂ ਦੂਸਰੀ ਟੀਮਾਂ ਵੀ ਜਿਨ੍ਹਾਂ ਦੀ ਤਿਆਰੀ ਦਿਸਦੀ ਹੈ ਉਹ ਵੀ ਨਾਲ ਨੋਟ ਕਰਦੇ ਨੇ ਕਿ ਉਹਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਜਵਾਬ ਸਹੀ ਆ ਗਿਆ। ਤੇ ਹੁਣ ਅਸੀਂ ਚੱਲ ਰਹੇ ਹਾਂ ਜੀ ਟੀਮ ਈੜੀ ਕੋਲ। ਪਹਿਲਾਂ ਵਾਂਗੂ ਜਿਵੇਂ ਅੱਛੇ ਜਵਾਬ ਦਿੱਤੇ ਸਹੀ ਦਿੱਤੇ ਉਵੇਂ, ਠੀਕ ਹੈ। ਤੁਹਾਡੇ ਲਈ ਸਵਾਲ ਹੈ, ਸ੍ਰੀ ਗੁਰੂ ਹਰਿਰਾਏ ਜੀ ਨੇ ਔਰੰਗਜ਼ੇਬ ਵੱਲੋਂ ਦਿੱਲੀ ਬੁਲਾਏ ਜਾਣ ਤੇ ਕਿਸ ਨੂੰ ਭੇਜਿਆ? ਰਾਮ ਰਾਏ, ਹਰਕ੍ਰਿਸ਼ਨ, ਤੇਗ ਬਹਾਦਰ, ਬਾਬਾ ਗੁਰਦਿੱਤਾ? ਰਾਮ ਰਾਏ। ਬਿਲਕੁਲ ਸਹੀ ਜਵਾਬ ਫਿਰ ਤੋਂ ਈ ਟੀਮ ਵੱਲੋਂ ਤੇ 10 ਨੰਬਰ ਇਹਨਾਂ ਦੇ ਖਾਤੇ ਵਿੱਚ। ਤਵਾਰੀ ਟੀਮ ਸਸਾ ਦੀ ਤਿਆਰ ਹੋ ਤੇ ਤੁਹਾਡਾ ਸਵਾਲ ਵੀ ਤਿਆਰ ਹੈ ਜੀ। ਭਾਈ ਮਣੀ ਸਿੰਘ ਜੀ ਦੀ ਪਤਨੀ ਦੇ ਪਿਤਾ ਦਾ ਕੀ ਨਾਮ ਸੀ? ਤੁਹਾਡੇ ਆਪਸ਼ਨ ਨੇ ਲੱਖੀ ਸ਼ਾਹ ਬੰਜਾਰਾ, ਬਾਬਾ ਗਰਜਾ ਸਿੰਘ, ਭਾਈ ਜੋਗਾ ਜਾਂ ਭਾਈ ਬਚੇਤਰ ਸਿੰਘ ਜੀ। ਲੱਖੀ ਸ਼ਾਹ ਬੰਜਾਰਾ। ਲੱਖੀ ਸ਼ਾਹ ਬੰਜਾਰਾ ਤੇ ਇਹਨਾਂ ਦਾ ਜਵਾਬ ਬਿਲਕੁਲ ਦਰੁਸਤ ਹੈ ਜੀ। ਟੀਮ ਨੇ ਖਾਤੇ ਵਿੱਚ 10 ਅੰਕ ਜੋੜ ਲਏ ਜੀ। ਤੇ ਜਿੰਦਰ ਸਿੰਘ ਜੀ, ਪਹਿਲੇ 2 ਰਾਊਂਡ ਮੁਕੰਮਲ ਹੋ ਗਏ ਨੇ ਜੀ ਤੇ ਹੁਣ ਅਸੀਂ ਜੱਜ ਸਾਹਿਬ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਜਿਹੜੇ ਪਹਿਲੇ 2 ਰਾਊਂਡਸ ਨੇ ਉਹਨਾਂ ਦੇ ਵਿੱਚ ਇਹਨਾਂ ਟੀਮਾਂ ਦੀ ਕੀ ਕਾਰਗੁਜ਼ਾਰੀ ਉਹ ਸਾਨੂੰ ਜ਼ਰੂਰ ਦੱਸਣਗੇ ਜੀ। ਗਿਆਨ ਪ੍ਰਚੰਡ ਸੀਜ਼ਨ 2 ਮੁਕਾਬਲਿਆਂ ਦੇ 2 ਰਾਊਂਡ ਮੁਕੰਮਲ ਹੋ ਚੁੱਕੇ ਹਨ, ਜਿਸ ਵਿੱਚ ਟੀਮ ਊੜਾ ਨੇ ਪਹਿਲੇ ਰਾਊਂਡ ਵਿੱਚ 20 ਅੰਕ ਅਤੇ ਦੂਜੇ ਰਾਊਂਡ ਵਿੱਚ 40 ਅੰਕ ਹਾਸਲ ਕੀਤੇ ਹਨ। ਟੀਮ ਐੜਾ ਨੇ ਪਹਿਲੇ ਰਾਊਂਡ ਵਿੱਚ 20 ਅੰਕ ਅਤੇ ਦੂਜੇ ਰਾਊਂਡ ਵਿੱਚ 40 ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ ਟੀਮ ਈੜੀ ਨੇ ਪਹਿਲੇ ਰਾਊਂਡ ਵਿੱਚ 20 ਅੰਕ, ਦੂਜੇ ਰਾਊਂਡ ਵਿੱਚ 40 ਅੰਕ ਹਾਸਲ ਕੀਤੇ ਹਨ। ਟੀਮ ਸੱਸਾ ਨੇ ਪਹਿਲੇ ਰਾਊਂਡ ਵਿੱਚ 10 ਅੰਕ ਅਤੇ ਦੂਜੇ ਰਾਊਂਡ ਵਿੱਚ 40 ਅੰਕ ਹਾਸਲ ਕੀਤੇ ਹਨ। ਇਸ ਵੇਲੇ ਟੀਮ ਊੜਾ, ਐੜਾ ਅਤੇ ਈੜੀ ਦੇ 60-60 ਨੰਬਰ
ਦੇ ਨਾਲ ਤਿੰਨੋਂ ਟੀਮਾਂ ਬਰਾਬਰੀ ਤੇ ਹਨ ਅਤੇ ਟੀਮ ਸੱਸਾ ਦੇ 50 ਨੰਬਰ ਹਨ। ਸਾਡੇ ਇਸ ਮੁਕਾਬਲੇ ਦੇ 2 ਰਾਊਂਡ ਮੁਕੰਮਲ ਹੋ ਚੁੱਕੇ ਨੇ। ਇਸ ਤੋਂ ਪਹਿਲਾਂ ਕਿ ਅਸੀਂ ਤੀਸਰੇ ਰਾਊਂਡ ਦੇ ਵੱਲ ਚੱਲੀਏ ਤਾਂ ਨਾਲ ਨਾਲ ਜਿੱਥੇ ਅਸੀਂ ਇਹਨਾਂ ਮੁਕਾਬਲਿਆਂ ਦੇ ਵੱਲ ਵੱਧ ਰਹੇ ਹਾਂ ਤੇ ਇਹ ਉਹਨਾਂ ਗੱਲਾਂ ਦਾ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ ਕਿ ਡਾਇਰੈਕਟੋਰੇਟ ਆਫ ਐਜੂਕੇਸ਼ਨ ਕਿੰਨੇ ਵੱਡੇ ਉਪਰਾਲੇ ਕਰ ਰਿਹਾ ਹੈ। ਜਿਵੇਂ ਅਸੀਂ ਤੁਹਾਨੂੰ ਪਹਿਲਾਂ ਪ੍ਰਸ਼ਾਸਨਿਕ ਸੇਵਾਵਾਂ ਦੀ ਗੱਲ ਕਰ ਰਹੇ ਸੀ, ਯੂਪੀਐਸਸੀ ਪੀਪੀਐਸਸੀ ਦੀ ਤਿਆਰੀ ਕਰਵਾਈ ਜਾਂਦੀ ਹੈ ਇਹਨਾਂ ਦੇ ਵੱਲੋਂ ਮੁਫਤ ਦੇ ਵਿੱਚ, ਤਾਂ ਉਸ ਦੇ ਨਾਲ ਹੀ ਹੁਣ ਜੁਡੀਸ਼ਰੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜਿਹੜੇ ਜੁਡੀਸ਼ਰੀ ਦੇ ਵੱਲ ਬੱਚੇ ਜਾਣਾ ਚਾਹੁੰਦੇ ਨੇ, ਸਿੱਖ ਬੱਚੇ, ਉਹਨਾਂ ਨੂੰ ਵੀ ਮੁਫਤ ਦੇ ਵਿੱਚ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਿਆਰੀ ਕਰਵਾ ਰਹੇ ਨੇ। ਲਗਾਤਾਰ ਵੱਡੇ ਉਪਰਾਲੇ ਇਸ ਸੰਸਥਾ ਦੇ ਵੱਲੋਂ ਕੀਤੇ ਜਾ ਰਹੇ ਨੇ। ਜੀ ਬਿਲਕੁਲ ਸਹੀ ਕਿਹਾ ਤੁਸੀਂ, ਤੇ ਇਹਨਾਂ ਉਪਰਾਲੇ ਦੇ ਨਾਲ ਨਾਲ ਬੱਚਿਆਂ ਨੂੰ, ਜਿਹੜੀਆਂ ਸਿੱਖ ਬੱਚੀਆਂ ਨੇ, ਉਹਨਾਂ ਨੂੰ ਮੁਫ਼ਤ ਵਿੱਦਿਆ ਵੀ ਦਿੱਤੀ ਜਾ ਰਹੀ ਹੈ। ਡਿਗਰੀ ਕਾਲਜਿਸ ਦੇ ਵਿੱਚ 250 ਦੇ ਕਰੀਬ ਬੱਚੇ ਨੇ ਜਿਹੜੇ ਵਿੱਦਿਆ ਲੈ ਰਹੇ ਨੇ ਮੁਫ਼ਤ ਦੇ ਵਿੱਚ, ਤੇ ਆਪਣੇ ਜਿਹੜਾ ਭਵਿੱਖ ਹੈ ਉਹਨੂੰ ਰੁਸ਼ਨਾਉਣ ਲਈ ਉਹਨਾਂ ਦੀ ਬੜੀ ਜ਼ਿਆਦਾ ਮਦਦ ਹੋ ਰਹੀ ਹੈ ਡਾਇਰੈਕਟੋਰੇਟ ਆਫ ਐਜੂਕੇਸ਼ਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਤੇ ਇਹ ਜਿਹੜਾ ਮੁਕਾਬਲਾ ਹੈ ਇਹ ਵੀ ਉਹਦਾ ਇੱਕ ਹਿੱਸਾ ਹੈ ਕਿ ਸਾਡੇ ਬੱਚੇ ਜਿਹੜੇ ਨੇ ਆਲਰਾਊਂਡਰ ਬਣਨ ਤੇ ਆਪਣੇ ਸਿੱਖ ਇਤਿਹਾਸ ਨੂੰ ਵੀ ਜਾਣਨ, ਉਹ ਸਾਡੇ ਇਤਿਹਾਸ ਦੇ ਵਿੱਚ ਕੀ ਹੋਇਆ, ਕੀ ਘਟਨਾਵਾਂ ਨੇ, ਉਹਨਾਂ ਤੋਂ ਆਪਣੀ ਜ਼ਿੰਦਗੀ ਲਈ ਸੇਧ ਲੈਣ। ਤੇ ਹੁਣ ਅਸੀਂ ਇਸੇ ਲਈ ਚੱਲਦੇ ਹਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਤੀਸਰੇ ਰਾਊਂਡ ਵੱਲ, ਠੀਕ ਹੈ ਜੀ। ਤੇ ਇਸ ਰਾਊਂਡ ਦੇ ਵਿੱਚ ਸਾਰੀਆਂ ਟੀਮਾਂ ਪਾਸੋਂ 4-4 ਸਵਾਲ ਪੁੱਛੇ ਜਾਣਗੇ ਜੀ। ਬਿਲਕੁਲ ਜੀ, ਤੇ 4-4 ਸਵਾਲ ਤੁਹਾਨੂੰ ਪੁੱਛੇ ਜਾਣੇ ਨੇ। ਇਹ ਆਪਸ਼ਨਲ ਰਾਊਂਡ ਹੋਏਗਾ ਪਿਛਲੇ ਰਾਊਂਡ ਦੇ ਵਾਂਗ, ਤੇ ਹਰ ਸਵਾਲ ਦਾ ਸਹੀ ਜਵਾਬ ਦੇਣ ਤੇ ਤੁਹਾਨੂੰ 10 ਅੰਕ ਮਿਲਣਗੇ ਤੇ ਸਮਾਂ ਮਿਲੇਗਾ ਤੁਹਾਨੂੰ 15 ਸੈਕਿੰਡ ਦਾ ਜੀ। ਤੇ ਉੜਾ ਟੀਮ ਤਿਆਰ ਹੋ, ਤੇ ਬਿਲਕੁਲ ਤੁਹਾਡਾ ਸਵਾਲ ਹੈ ਜੀ ਸਿੱਖ ਇਤਿਹਾਸ ਨਾਲ ਸੰਬੰਧਿਤ। ਇਸ ਰਾਊਂਡ ਦਾ ਪਹਿਲਾ ਸਵਾਲ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਕਿੱਥੇ ਹੋਇਆ? ਤੁਹਾਡੇ ਆਪਸ਼ਨ ਨੇ ਪਿੰਡ ਆਲੂ, ਪਿੰਡ ਕਾਨੂਵਾਨ, ਪਿੰਡ ਕੁੱਪ ਜਾਂ ਪਿੰਡ ਰੋਹੀੜਾ। ਦੁਬਾਰਾ ਬੋਲੋ, ਪਿੰਡ ਆਲੂ। ਬਿਲਕੁਲ ਜੀ, ਇਹਨਾਂ ਨੇ ਉੱਤਰ ਬਿਲਕੁਲ ਦਰੁਸਤ ਦਿੱਤਾ ਹੈ ਤੇ ਇਸ ਰਾਊਂਡ ਦਾ ਪਹਿਲਾ ਸਵਾਲ ਦਾ ਜਵਾਬ ਹੈ ਜਿਹੜਾ ਉਹ ਸਹੀ ਦੇ ਕੇ 10 ਅੰਕਾਂ ਦੇ ਨਾਲ ਖਾਤਾ ਆਪਣਾ ਖੋਲ ਲਿਆ ਜੀ। ਬਿਲਕੁਲ, ਹੁਣ ਅਸੀਂ ਚੱਲਦੇ ਹਾਂ ਅਗਲੀ ਟੀਮ ਵੱਲ। ਐਡਾ ਟੀਮ, ਰਣਜੀਤ ਸਿੰਘ ਕੌਣ ਸੀ? ਸ਼ੁਕਰ ਜਿਹਾ ਮਿਸਲ ਦਾ ਸਰਦਾਰ, ਕਨਹਿਆ ਮਿਸਲ ਦਾ ਸਰਦਾਰ, ਫੂਲਕੀਆਂ ਮਿਸਲ ਦਾ ਸਰਦਾਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਬਿਲਕੁਲ ਸਹੀ ਜਵਾਬ ਰਣਜੀਤ ਸਿੰਘ ਜੀ, ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਸਨ। ਤੇ ਐਡਾ ਟੀਮ ਨੇ ਸਹੀ ਜਵਾਬ ਦੇ ਕੇ 10 ਨੰਬਰ ਆਪਣੇ ਖਾਤੇ ਵਿੱਚ ਸਿੱਖ ਇਤਿਹਾਸ ਜਿਹੜਾ ਰਾਊਂਡ ਆ ਉਹਦੇ ਵਿੱਚ ਜੋੜ ਲਏ ਨੇ। ਤੇ ਹੁਣ ਅਸੀਂ ਵੱਧਦੇ ਹਾਂ ਟੀਮ ਈੜੀ ਵੱਲ। ਟੀਮ ਈੜੀ, ਤੁਹਾਡਾ ਸਵਾਲ ਹੈ ਜੀ, ਨਵਾਬ ਕਪੂਰ ਸਿੰਘ ਹੋਰਾਂ ਦੇ ਪਿਤਾ ਦਾ ਕੀ ਨਾਮ ਸੀ? ਤੁਹਾਡੇ ਆਪਸ਼ਨ ਨੇ ਸਰਦਾਰ ਬਦਰਾ ਸਿੰਘ, ਸਰਦਾਰ ਹਰੀ ਸਿੰਘ, ਸਰਦਾਰ ਗਰਜਾ ਸਿੰਘ ਜਾਂ ਫਿਰ ਚੌਧਰੀ ਦਲੀਪ ਸਿੰਘ। ਚੌਧਰੀ ਦਲੀਪ ਸਿੰਘ। ਪਰ ਇਹਨਾਂ ਦਾ ਇਹ ਜਵਾਬ ਬਿਲਕੁਲ ਸਹੀ ਹੈ ਜੀ। ਟੀਮ ਨੇ ਖਾਤੇ ਦੇ ਵਿੱਚ 10 ਅੰਕ ਜੋੜ ਲਏ ਨੇ ਜੀ। ਹੁਣ ਤੁਹਾਡਾ ਖਾਤਾ ਕਿਸ ਬੈਂਕ ਦਾ ਹੈ ਉਹ ਵੀ ਦੱਸ ਦਿਓ ਸਾਨੂੰ। ਤੁਸੀਂ ਵੇਖਿਆ ਉਹ ਜਿਹੜੇ ਬੱਚੇ ਕੋਲ ਮਾਈਕ ਸੀ ਉਹ ਬਿਲਕੁਲ ਕੰਫੀਡੈਂਟ ਸੀ, ਪਰ ਬਾਕੀ ਦੋ ਥੋੜੇ ਜਿਹੇ ਨਹੀਂ ਸੀ, ਤੁਹਾਨੂੰ ਥੋੜਾ ਡਾਊਟ ਸੀ, ਹੈ ਨਾ? ਪਰ ਚਲੋ, ਉਹਨੂੰ ਸ਼ਾਬਾਸ਼ ਦਿਓ ਕਿ ਉਹਨੇ 10 ਨੰਬਰ ਤੁਹਾਨੂੰ ਦਵਾ ਦਿੱਤੇ ਨੇ ਜੀ। ਹੁਣ ਅਸੀਂ ਚੱਲਦੇ ਹਾਂ ਸੱਸਾ ਟੀਮ ਵੱਲ। ਤੁਹਾਡੇ ਲਈ ਸਵਾਲ ਹੈ ਕਿ ਮਿਸਲਾਂ ਦੇ ਸਮੇਂ ਮਿਸਲ ਦੇ ਮੁਖੀ ਦੇ ਅਧੀਨ ਸਰਦਾਰਾਂ ਨੂੰ ਕੀ ਕਿਹਾ ਜਾਂਦਾ ਸੀ?
ਮਿਸਲਦਾਰ, ਪ੍ਰਧਾਨ, ਸਰਪੰਚ ਜਾਂ ਸਰਦਾਰ? ਸਰਦਾਰ। ਇਸ ਸਵਾਲ ਦਾ ਜਵਾਬ ਸਵਾਲ ਦੇ ਵਿੱਚ ਹੀ ਛੁਪਿਆ ਹੋਇਆ ਸੀ। ਮਿਸਲਾਂ ਦੇ ਸਮੇਂ ਮਿਸਲ ਦੇ ਮੁਖੀ ਨੂੰ ਮਿਸਲਦਾਰ ਕਿਹਾ ਜਾਂਦਾ ਸੀ। ਸੋ ਗਲਤ ਹੋ ਗਿਆ ਜਵਾਬ। ਬੜੇ ਧਿਆਨ ਦੇ ਨਾਲ ਸਵਾਲ ਸੁਣਿਆ ਕਰੋ, ਪਰ ਕੋਈ ਗੱਲ ਨਹੀਂ, ਦਿਲ ਨਹੀਂ ਹਾਰਨਾ, ਅਜੇ ਮੁਕਾਬਲਾ ਲੰਮਾ ਪਿਆ। ਠੀਕ ਹੈ, ਟੀਮ ਊੜਾ, ਤੁਹਾਡਾ ਸਵਾਲ ਹੈ ਜੀ, ਕਨਈਆ ਮਿਸਲ ਦਾ ਮੋਢੀ ਕੌਣ ਸੀ? ਤੁਹਾਡੇ ਆਪਸ਼ਨ ਨੇ ਜੱਸਾ ਸਿੰਘ ਠੋਕਾ, ਗੰਡਾ ਸਿੰਘ, ਝੰਡਾ ਸਿੰਘ ਜਾਂ ਫਿਰ ਜੈ ਸਿੰਘ। ਜੈ ਸਿੰਘ। ਮੇਰੇ ਖਿਆਲ ਚ ਆਪਸ਼ਨ ਦੀ ਜ਼ਰੂਰਤ ਨਹੀਂ ਸੀ, ਹੈਨਾ, ਤਿਆਰੀ ਕੀਤੀ ਹੈ ਤੇ ਉਹ ਦੇਖ ਵੀ ਰਹੀ ਹੈ। ਇਹਨਾਂ ਦਾ ਜਵਾਬ ਬਿਲਕੁਲ ਦਰੁਸਤ ਹੈ ਜੀ, ਟੀਮ ਨੇ ਖਾਤੇ ਵਿੱਚ 10 ਅੰਕ ਜੋੜ ਲਏ ਨੇ ਜੀ। ਤੇ ਹੁਣ ਐਰਾ ਟੀਮ ਲਈ ਸਵਾਲ ਹੈ, ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਕਿਸ ਦਾ ਸਿਰ ਵੱਢਿਆ? ਮਸੇ ਰੰਗੜ ਦਾ, ਅਬਦਾਲੀ ਦਾ, ਫਤਿਹ ਖਾਂ ਦਾ, ਜੈਨ ਖਾਂ ਦਾ? ਮਸੇ ਰੰਗੜ ਦਾ। ਸੋ ਇਹਨਾਂ ਨੂੰ ਵੀ ਆਪਸ਼ਨ ਦੀ ਜ਼ਰੂਰਤ ਨਹੀਂ ਸੀ, ਮਾਈਕ ਪਹਿਲੇ ਹੀ ਚੱਕ ਲਿਆ ਗਿਆ ਸੀ। ਸਹੀ ਜਵਾਬ ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਮਸੇ ਰੰਗੜ ਦਾ ਸਿਰ ਵੱਢਿਆ ਸੀ ਤੇ ਬਹੁਤ ਵੱਡੀ ਇੱਕ ਸੇਧ ਦਿੱਤੀ ਸੀਗੀ ਲੋਕਾਈ ਨੂੰ ਉਸ ਵੇਲੇ। ਤੇ ਸਹੀ ਜਵਾਬ ਦੇ ਕੇ ਇਹਨਾਂ ਨੇ ਵੀ 10 ਨੰਬਰ ਆਪਣੇ ਖਾਤੇ ਵਿੱਚ ਜੋੜ ਲਏ ਜੀ। ਤੇ ਟੀਮ ਈੜੀ, ਤੁਹਾਡਾ ਸਵਾਲ ਹੈ ਜੀ, ਚੱਪੜ ਚਿੜੀ ਦੀ ਜੰਗ ਵਿੱਚ ਵਜ਼ੀਰ ਖਾਨ ਨੂੰ ਕਿਸ ਨੇ ਮਾਰਿਆ ਸੀ? ਤੁਹਾਡੇ ਆਪਸ਼ਨ ਨੇ ਵਿਨੋਦ ਸਿੰਘ, ਭਾਈ ਫਤਿਹ ਸਿੰਘ, ਬਾਬਾ ਬੰਦਾ ਸਿੰਘ ਜੀ ਬਹਾਦਰ ਜਾਂ ਫਿਰ ਨਵਾਬ ਕਪੂਰ ਸਿੰਘ। ਭਾਈ ਫਤਿਹ ਸਿੰਘ। ਭਾਈ ਫਤਿਹ ਸਿੰਘ। ਇੱਕ ਪਾਸੇ ਤੋਂ ਜਵਾਬ ਸ਼ੁਰੂ ਹੋਇਆ, ਤੀਜੇ ਪਾਸੇ ਜਾ ਕੇ ਪਹੁੰਚਿਆ ਤੇ ਉਹ ਜਵਾਬ ਦਰੁਸਤ ਹੋ ਚੁੱਕਿਆ ਜੀ, ਟੀਮ ਨੇ ਖਾਤੇ ਵਿੱਚ 10 ਅੰਕ ਜੋੜ ਲਏ ਨੇ। ਤੇ ਫਿਰ ਹੁਣ ਸੱਸਾ ਟੀਮ ਦਾ ਸਵਾਲ ਹੈ, ਅਬਦਾਲੀ ਦੇ ਤੁਹਾਡੇ ਲਈ ਸਵਾਲ ਹੈ ਕਿ ਮਿਸਲਾਂ ਦੇ ਸਮੇਂ ਮਿਸਲ ਦੇ ਮੁਖੀ ਦੇ ਅਧੀਨ ਸਰਦਾਰਾਂ ਨੂੰ ਕੀ ਕਿਹਾ ਜਾਂਦਾ ਸੀ? ਮਿਸਲਦਾਰ, ਪ੍ਰਧਾਨ, ਸਰਪੰਚ ਜਾਂ ਸਰਦਾਰ? ਸਰਦਾਰ। ਇਸ ਸਵਾਲ ਦਾ ਜਵਾਬ ਸਵਾਲ ਦੇ ਵਿੱਚ ਹੀ ਛੁਪਿਆ ਹੋਇਆ ਸੀ। ਮਿਸਲਾਂ ਦੇ ਸਮੇਂ ਮਿਸਲ ਦੇ ਮੁਖੀ ਨੂੰ ਮਿਸਲਦਾਰ ਕਿਹਾ ਜਾਂਦਾ ਸੀ। ਸੋ ਗਲਤ ਹੋ ਗਿਆ ਜਵਾਬ। ਬੜੇ ਧਿਆਨ ਦੇ ਨਾਲ ਸਵਾਲ ਸੁਣਿਆ ਕਰੋ, ਪਰ ਕੋਈ ਗੱਲ ਨਹੀਂ, ਦਿਲ ਨਹੀਂ ਹਾਰਨਾ, ਅਜੇ ਮੁਕਾਬਲਾ ਲੰਮਾ ਪਿਆ। ਠੀਕ ਹੈ, ਟੀਮ ਊੜਾ, ਤੁਹਾਡਾ ਸਵਾਲ ਹੈ ਜੀ, ਕਨਈਆ ਮਿਸਲ ਦਾ ਮੋਢੀ ਕੌਣ ਸੀ? ਤੁਹਾਡੇ ਆਪਸ਼ਨ ਨੇ ਜੱਸਾ ਸਿੰਘ ਠੋਕਾ, ਗੰਡਾ ਸਿੰਘ, ਝੰਡਾ ਸਿੰਘ ਜਾਂ ਫਿਰ ਜੈ ਸਿੰਘ। ਜੈ ਸਿੰਘ। ਜੈ ਸਿੰਘ। ਮੇਰੇ ਖਿਆਲ ਚ ਆਪਸ਼ਨ ਦੀ ਜ਼ਰੂਰਤ ਨਹੀਂ ਸੀ, ਹੈਨਾ, ਤਿਆਰੀ ਕੀਤੀ ਹੈ ਤੇ ਉਹ ਦੇਖ ਵੀ ਰਹੀ ਹੈ। ਇਹਨਾਂ ਦਾ ਜਵਾਬ ਬਿਲਕੁਲ ਦਰੁਸਤ ਹੈ ਜੀ, ਟੀਮ ਨੇ ਖਾਤੇ ਵਿੱਚ 10 ਅੰਕ ਜੋੜ ਲਏ ਨੇ ਜੀ। ਤੇ ਹੁਣ ਐਰਾ ਟੀਮ ਲਈ ਸਵਾਲ ਹੈ, ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਕਿਸ ਦਾ ਸਿਰ ਵੱਢਿਆ? ਮਸੇ ਰੰਗੜ ਦਾ, ਅਬਦਾਲੀ ਦਾ, ਫਤਿਹ ਖਾਂ ਦਾ, ਜੈਨ ਖਾਂ ਦਾ? ਮਸੇ ਰੰਗੜ ਦਾ। ਸੋ ਇਹਨਾਂ ਨੂੰ ਵੀ ਆਪਸ਼ਨ ਦੀ ਜ਼ਰੂਰਤ ਨਹੀਂ ਸੀ, ਮਾਈਕ ਪਹਿਲੇ ਹੀ ਚੱਕ ਲਿਆ ਗਿਆ ਸੀ। ਸਹੀ ਜਵਾਬ ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਮਸੇ ਰੰਗੜ ਦਾ ਸਿਰ ਵੱਢਿਆ ਸੀ ਤੇ ਬਹੁਤ ਵੱਡੀ ਇੱਕ ਸੇਧ ਦਿੱਤੀ ਸੀਗੀ ਲੋਕਾਈ ਨੂੰ ਉਸ ਵੇਲੇ। ਤੇ ਸਹੀ ਜਵਾਬ ਦੇ ਕੇ ਇਹਨਾਂ ਨੇ ਵੀ 10 ਨੰਬਰ ਆਪਣੇ ਖਾਤੇ ਵਿੱਚ ਜੋੜ ਲਏ ਜੀ। ਡਾਕਟਰ ਅਮਨ, ਜਦੋਂ ਇਹਨਾਂ ਨੂੰ ਜਵਾਬ ਆਉਂਦੇ ਹੁੰਦੇ ਉਸ ਸਮੇਂ ਇਹਨਾਂ ਦੇ ਚਿਹਰੇ ਤੇ ਆਪਣੇ ਆਪ ਸਮਾਈਲ ਆ ਜਾਂਦੀ ਹੈ, ਨੂਰ ਆ ਜਾਂਦਾ ਜੀ, ਬਿਲਕੁਲ ਬਿਲਕੁਲ ਸਹੀ ਜਵਾਬ ਦੇਣ ਲੱਗੇ ਤੇ ਸਾਨੂੰ ਨੰਬਰ ਮਿਲਣਗੇ ਜੀ। ਤੇ ਟੀਮ ਈੜੀ, ਤੁਹਾਡਾ ਸਵਾਲ ਹੈ ਜੀ, ਚੱਪੜ ਚਿੜੀ ਦੀ ਜੰਗ ਵਿੱਚ ਵਜ਼ੀਰ ਖਾਨ ਨੂੰ ਕਿਸ ਨੇ ਮਾਰਿਆ ਸੀ? ਤੁਹਾਡੇ ਆਪਸ਼ਨ ਨੇ ਵਿਨੋਦ ਸਿੰਘ, ਭਾਈ ਫਤਿਹ ਸਿੰਘ, ਬਾਬਾ ਬੰਦਾ ਸਿੰਘ ਜੀ ਬਹਾਦਰ ਜਾਂ ਫਿਰ ਨਵਾਬ ਕਪੂਰ ਸਿੰਘ। ਭਾਈ ਫਤਿਹ ਸਿੰਘ। ਭਾਈ ਫਤਿਹ ਸਿੰਘ।
ਇੱਕ ਪਾਸੇ ਤੋਂ ਜਵਾਬ ਸ਼ੁਰੂ ਹੋਇਆ, ਤੀਜੇ ਪਾਸੇ ਜਾ ਕੇ ਪਹੁੰਚਿਆ ਤੇ ਉਹ ਜਵਾਬ ਦਰਸਤ ਹੋ ਚੁੱਕਿਆ ਜੀ। ਟੀਮ ਨੇ ਖਾਤੇ ਵਿੱਚ 10 ਅੰਕ ਜੋੜ ਲਏ ਨੇ। ਤੇ ਫਿਰ ਹੁਣ ਸੱਸਾ ਟੀਮ ਦਾ ਸਵਾਲ ਹੈ, ਅਬਦਾਲੀ ਨੇ ਭਾਰਤ ਉੱਤੇ 6ਵੇਂ ਹਮਲੇ ਸਮੇਂ ਸਰਹਿੰਦ ਦਾ ਹਾਕਮ ਕੌਣ ਸੀ? ਜ਼ੈਨ ਖਾਂ, ਨਾਹਰ ਖਾਂ, ਫਤਿਹ ਖਾਂ, ਪੀਰ ਖਾਂ? ਸਹੀ ਜਵਾਬ, ਬਿਲਕੁਲ ਸਹੀ ਜਵਾਬ। ਸੋ ਹੁਣ ਤੁਸੀਂ 10 ਨੰਬਰ ਆਪਣੇ ਖਾਤੇ ਚ ਜੋੜ ਲਏ ਨੇ, ਹੈਨਾ। ਤੇ ਇਸ ਤੋਂ ਬਾਅਦ ਬਾਰੀ ਆਉਂਦੀ ਹੈ ਜੀ ਟੀਮ ਉੜਾ ਦੀ। ਤੁਹਾਡਾ ਸਵਾਲ ਹੈ ਜੀ, ਜ਼ਕਰੀਆ ਖਾਨ ਨੇ ਸਿੱਖਾਂ ਨੂੰ ਦਿੱਤੀ ਗਈ ਜਾਗੀਰ ਕਦੋਂ ਵਾਪਸ ਲਈ ਸੀ? ਤੁਹਾਡੇ ਆਪਸ਼ਨ ਨੇ ਸੰਨ 1735 ਈਸਵੀ ਦੇ ਵਿੱਚ, ਸੰਨ 1736 ਈਸਵੀ ਦੇ ਵਿੱਚ, ਸੰਨ 1737 ਈਸਵੀ ਦੇ ਵਿੱਚ, ਜਾਂ ਫਿਰ ਸੰਨ 1740 ਈਸਵੀ ਦੇ ਵਿੱਚ? ਸੰਨ 1735 ਈਸਵੀ ਵਿੱਚ। ਸੰਨ 1735 ਈਸਵੀ ਦੇ ਵਿੱਚ ਕਨਫਰਮ ਹੈ? ਲੱਗਦਾ ਸਹੀ ਹੈ, ਫਿਰ ਗੱਜ ਕੇ ਜਵਾਬ ਦਿਓ ਤੁਹਾਡਾ ਜਵਾਬ, ਕਿਉਂਕਿ ਬਿਲਕੁਲ ਦਰੁਸਤ ਹੈ ਜੀ। ਸੋ ਉਹਨਾਂ ਟੀਮ ਤੋਂ ਬਾਅਦ ਫਿਰ ਐਰਾ ਦੀ ਵਾਰੀ ਆਉਂਦੀ ਹੈ। ਤੁਹਾਡਾ ਸਵਾਲ ਹੈ, ਛੋਟਾ ਘੱਲੂਘਾਰਾ ਕਦੋਂ ਵਾਪਰਿਆ? 1 ਜੂਨ 1746 ਈਸਵੀ ਵਿੱਚ, 2 ਜੂਨ 1746 ਨੂੰ, 3 ਜੂਨ 1746 ਨੂੰ, ਜਾਂ ਫਿਰ 4 ਜੂਨ 1746 ਈਸਵੀ ਵਿੱਚ? ਤੁਸੀਂ ਪਹਿਲਾਂ ਸਹੀ ਜਵਾਬ ਦੇਣ ਲੱਗੇ ਸੀ, ਪਰ ਚਲੋ ਆਪਾਂ ਸਿੱਖਣ ਆਇਆ, ਠੀਕ ਹੈ ਨਾ। ਤੇ ਹੁਣ ਤੁਹਾਨੂੰ ਕਲੀਅਰ ਹੋ ਗਿਆ ਕਿ 1 ਜੂਨ ਤੇ 4 ਜੂਨ ਦੇ ਵਿੱਚ ਫਰਕ ਹੈ, ਠੀਕ ਹੈ ਜੀ। ਤੇ ਟੀਮ ਈੜੀ, ਤੁਸੀਂ ਵੀ ਇੱਕ ਹਮਲੇ ਦੀ ਡੇਟ ਦੱਸਣੀ ਹੈ ਕਿ ਉਹ ਕਦੋਂ ਹੋਇਆ ਸੀ। ਉਹ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਮਾਣੇ ਤੇ ਹਮਲਾ ਕਦੋਂ ਕੀਤਾ ਸੀ? ਤੁਹਾਡੇ ਆਪਸ਼ਨ ਨੇ ਦਸੰਬਰ 1708 ਈਸਵੀ ਦੇ ਵਿੱਚ, ਨਵੰਬਰ 1709 ਈਸਵੀ ਦੇ ਵਿੱਚ, ਜਨਵਰੀ 1710 ਈਸਵੀ, ਜਾਂ ਫਿਰ ਜਨਵਰੀ 1711 ਈਸਵੀ? ਤੁਹਾਡਾ ਸਮਾਂ ਸਮਾਪਤ ਹੈ ਜੀ, ਤੇ ਤੁਸੀਂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕੇ। ਇਹ ਸਵਾਲ ਦਾ ਸਹੀ ਜਵਾਬ ਸੀ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਮਾਣੇ ਤੇ ਨਵੰਬਰ 1709 ਈਸਵੀ ਦੇ ਵਿੱਚ ਹਮਲਾ ਕੀਤਾ ਸੀ, ਠੀਕ ਹੈ ਜੀ। ਤੇ ਹੁਣ ਚੱਲਦੇ ਹਾਂ ਜੀ ਸੱਸਾ ਟੀਮ ਕੋਲ। ਨਾਦਰ ਸ਼ਾਹ ਨੇ ਦਿੱਲੀ ਕਦੋਂ ਲੁੱਟੀ? ਸਨ 1739 ਵਿੱਚ, ਸਨ 1740 ਵਿੱਚ, ਸਨ 1738 ਵਿੱਚ, ਜਾਂ ਸਨ 1741 ਵਿੱਚ? ਸਨ 1739 ਈਸਵੀ ਵਿੱਚ। ਬਿਲਕੁਲ ਸਹੀ ਜਵਾਬ। ਸੋ ਫਿਰ ਤੋਂ ਪਟਰੀ ਤੇ ਚੜ੍ਹ ਗਈ ਹੈ ਜੀ ਇਹਨਾਂ ਦੀ ਜਿਹੜੀ ਗਿਆਨ ਦੀ ਟ੍ਰੇਨ ਹੈ, ਤੇ ਸਹੀ ਜਵਾਬ ਦੇ ਕੇ ਇਹਨਾਂ ਨੇ ਫਿਰ ਮੁਕਾਬਲੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਤੁਹਾਡੇ ਸਵਾਲ ਹੁੰਦਾ ਜੀ ਇਸੇ ਰਾਊਂਡ ਦਾ ਟੀਮ ਉੜਾ ਨੂੰ, ਤੁਹਾਡੇ ਨੰਬਰ ਅਸੀਂ ਖੁੰਝਾ ਨਹੀਂ ਦੇਵਾਂਗੇ। ਤੁਹਾਡਾ ਸਵਾਲ ਹੈ ਜੀ, ਘੱਲੂਘਾਰੇ ਦਾ ਸ਼ਾਬਦਿਕ ਅਰਥ ਕੀ ਹੈ? ਤੁਹਾਡੇ ਆਪਸ਼ਨ ਨੇ ਤਬਾਹੀ, ਖੁਸ਼ੀ, ਸੋਗ, ਜਾਂ ਫਿਰ ਰੋਣਾ? ਤਬਾਹੀ। ਬੜੇ ਕੌਨਫੀਡੈਂਸ ਦੇ ਨਾਲ ਜਵਾਬ ਦਿੱਤਾ ਗਿਆ ਤੇ ਇਹ ਜਵਾਬ ਬਿਲਕੁਲ ਸਹੀ ਹੋ ਜਾਂਦਾ ਜੀ, ਤੇ ਟੀਮ ਦੇ ਖਾਤੇ ਵਿੱਚ 10 ਅੰਕ ਜੋੜ ਲਏ ਨੇ ਜੀ। ਟੀਮ ਐਰਾ ਤੁਹਾਡੇ ਲਈ ਸਵਾਲ ਹੈ, ਵੱਡਾ ਘੱਲੂਘਾਰਾ ਸਮੇਂ ਬਰਨਾਲਾ ਵਿੱਚ ਕਿਸ ਦਾ ਰਾਜ ਸੀ? ਆਪਸ਼ਨਸ ਨੇ ਜੱਸਾ ਸਿੰਘ,
ਚੜਤ ਸਿੰਘ, ਮਹਾ ਸਿੰਘ, ਬਾਬਾ ਆਲਾ ਸਿੰਘ। ਬਾਬਾ ਆਲਾ ਸਿੰਘ, ਗੁਜਰਾਂਵਾਲਾ, ਜੰਬਰ, ਚਾਹਲ ਜਾਂ ਫਿਰ ਤਲਵੰਡੀ। ਫਸਟ ਆਪਸ਼ਨ ਜਾਨੀ ਕਿ ਗੁਜਰਾਂਵਾਲਾ। ਟੀਮ ਦਾ ਜਵਾਬ ਆਉਂਦਾ ਜੀ ਭਾਈ ਸੁਵੇਗ ਸਿੰਘ ਜੀ, ਗੁਜਰਾਂਵਾਲਾ ਦੇ ਰਹਿਣ ਵਾਲੇ ਸਨ, ਤੇ ਇਹਨਾਂ ਦਾ ਇਹ ਜਵਾਬ ਗਲਤ ਹੈ ਜੀ, ਕਿਉਂਕਿ ਇਹਦਾ ਸਹੀ ਜਵਾਬ ਹੈ ਜੀ ਜੰਬਰ। ਠੀਕ ਹੈ ਜੀ, ਜਦੋਂ ਵੀ ਕੋਈ ਸਵਾਲ ਕਿਸੇ ਵੀ ਟੀਮ ਨੂੰ ਆਵੇ ਤਾਂ ਉਹਨਾਂ ਨੇ ਧਿਆਨ ਦੇ ਨਾਲ ਪਹਿਲਾਂ ਸੁਣਨਾ ਹੈ। ਠੀਕ ਹੈ ਜੀ, ਵਾਲੀ ਟੀਮ ਸਸਾ ਦੀ ਮੈਂ ਟੀਮ ਮੈਡਮ ਨੂੰ ਗੁਜ਼ਾਰਿਸ਼ ਕਰੂੰਗੀ ਕਿ ਤੁਸੀਂ ਵੀ ਆਪਸ਼ਨ ਸੁਣ ਲਿਆ ਕਰੋ, ਹੈਨਾ, ਕਈ ਵਾਰੀ ਗਲਤ ਵੀ ਹੋ ਸਕਦਾ ਹੈ, ਸੋ ਆਪਸ਼ਨ ਸੁਣ ਕੇ 15 ਸੈਕਿੰਡ ਹੈ ਤੁਹਾਡੇ ਕੋਲ, ਉਹਦੇ ਵਿੱਚ ਤੁਸੀਂ ਫੈਸਲਾ ਲੈਣਾ। ਟੀਮ ਸਸਾ ਲਈ ਸਵਾਲ ਹੈ, ਨਿਸ਼ਾਨ ਵਾਲਿਆ ਮਿਸਲ ਦਾ ਮੋਢੀ ਕੌਣ ਸੀ? ਜਸਾ ਸਿੰਘ, ਚੜਤ ਸਿੰਘ, ਮਹਾ ਸਿੰਘ, ਸੰਗਤ ਸਿੰਘ ਤੇ ਮੋਹਨ ਸਿੰਘ। ਸੰਗਤ ਸਿੰਘ ਤੇ ਮੋਹਨ ਸਿੰਘ, ਬਿਲਕੁਲ ਸਹੀ ਜਵਾਬ ਦਿੱਤਾ ਟੀਮ ਸਸਾ ਨੇ, ਤੇ ਇਸ ਤੋਂ ਇਹ ਪਤਾ ਲੱਗਦਾ ਕਿ ਸਿੰਘ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਨੇ, ਠੀਕ ਹੈ, ਢਹਿੰਦੀ ਕਲਾ ਚ ਕਦੇ ਨਹੀਂ। ਹੁਣ ਤੁਸੀਂ ਫੇਰ ਦੁਬਾਰਾ ਮੁਕਾਬਲੇ ਦਾ ਹਿੱਸਾ ਬਣ ਰਹੇ ਹੋ, ਬਿਲਕੁਲ ਸਹੀ ਜਵਾਬ ਦੇ ਨਾਲ ਆਪਣੇ ਖਾਤੇ ਚ ਅੰਕ ਤੇ ਅੰਕ ਜੋੜ ਰਹੇ ਹੋ। ਤੇ ਵਧਦੇ ਆ ਜੀ ਅਗਲੇ ਰਾਉਂਡ ਦੇ ਵੱਲ, ਜਿਹੜਾ ਕਿ ਸੰਬੰਧਿਤ ਹੈ ਜੀ ਸਿੱਖ ਰਹਿਤ ਮਰਿਆਦਾ ਦੇ ਨਾਲ ਜੀ। ਤੁਹਾਨੂੰ ਇਸ ਰਾਉਂਡ ਦੇ ਵਿੱਚ ਹਰ ਟੀਮ ਦੇ ਪਾਸੋਂ 2-2 ਸਵਾਲ ਪੁੱਛੇ ਜਾਣਗੇ, ਤੇ ਬਾਕੀ ਰਾਉਂਡ ਦੇ ਵਾਂਗ ਇਸ ਵਿੱਚ ਵੀ 15 ਸੈਕਿੰਡ ਦਾ ਸਮਾਂ ਹੋਵੇਗਾ, ਤੇ ਜੇਕਰ ਤੁਸੀਂ ਸਹੀ ਜਵਾਬ ਦੇ ਦਿੰਦੇ ਹੋ ਤਾਂ ਤੁਹਾਡੇ ਖਾਤੇ ਵਿੱਚ 10 ਅੰਕ ਜੁੜਨਗੇ, ਪਰ ਇਸ ਰਾਉਂਡ ਦੇ ਵਿੱਚ ਵੀ ਤੁਹਾਨੂੰ ਆਪਸ਼ਨ ਨਹੀਂ ਮਿਲਣਗੇ। ਨਹੀਂ ਮਿਲਣਗੇ, ਠੀਕ ਹੈ ਜੀ, ਤੁਸੀਂ ਬਸ ਜਵਾਬ ਦੇਣਾ ਹੈ, ਠੀਕ ਹੈ, ਸਿਰਫ ਸਵਾਲ ਪੁੱਛਿਆ ਜਾਊਗਾ ਤੇ ਤੁਸੀਂ ਉਹਦਾ ਜਵਾਬ ਦੇਣਾ ਜੀ। ਤੇ ਹੁਣ ਚਲਿਏ ਜੀ ਪਹਿਲਾਂ ਉੜਾ ਟੀਮ ਕੋਲ, ਤੁਹਾਡੇ ਲਈ ਸਵਾਲ ਹੈ, ਸਿੱਖ ਦੀ ਸ਼ਖਸੀ ਰਹਿਣੀ ਦੇ ਕਿੰਨੇ ਭਾਗ ਹਨ? ਤਿੰਨ ਭਾਗ ਹਨ, ਬਿਲਕੁਲ ਸਹੀ, ਤੇ ਤਿੰਨ ਭਾਗ ਕਹਿ ਕੇ ਤੁਸੀਂ 10 ਨੰਬਰ ਲੈ ਲਏ ਨੇ। ਤੇ ਵਾਲੀ ਟੀਮ ਆ ਜਾਂਦੀ ਹੈ ਜੀ ਆਲਾ ਦੀ, ਇਹ ਸਵਾਲ ਹੈ ਜੀ ਤੁਹਾਨੂੰ, ਸਿੱਖ ਦੀ ਸ਼ਖਸੀ ਰਹਿਣੀ ਦੇ ਕਿਹੜੇ ਕਿਹੜੇ ਅੰਗ ਹਨ? ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰਾਮਸਰ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਉਹਨਾਂ ਦਾ ਜਵਾਬ ਦਰੁਸਤ ਹੈ ਜੀ, ਖਾਤੇ ਵਿੱਚ 10 ਅੰਕ ਟੀਮ ਨੇ ਜੋੜੇ ਨੇ। ਤੇ ਇਹਦੇ ਲਈ ਹੁਣ ਸਵਾਲ ਹੈ, ਸਿੱਖ ਰਹਿਤ ਮਰਿਆਦਾ ਅਨੁਸਾਰ ਅਖੰਡ ਪਾਠ ਕਰਨ ਸਮੇਂ ਕਿਸ ਨੂੰ ਮਨਮਤ ਕਿਹਾ ਜਾਂਦਾ ਹੈ? ਤੁਸੀਂ ਜਵਾਬ ਦੇਣਾ। ਮਨਮਤ ਕਿਸ ਨੂੰ ਕਿਹਾ ਜਾਂਦਾ ਹੈ? ਬੇਟਾ 3 ਸੈਕਿੰਡ ਰਹਿ ਗਏ। ਅਖੰਡ ਪਾਠ ਦੇ ਸਮੇਂ ਜਿਹੜੇ ਲੋਕੀ ਨਾਰੀਅਲ ਰੱਖਦੇ ਨੇ ਕਿ ਨਾਰੀਅਲ ਰੱਖ ਕੇ ਪਾਠ ਕਰਨਾ, ਉਹਨੂੰ ਮਨਮਤ ਕਿਹਾ ਗਿਆ। ਤੇ ਇਹਦੇ ਨਾਲ ਕੁਛ ਹੋਰ ਵੀ ਤੁਹਾਡੇ ਦਿਮਾਗ ਚ ਆਉਂਦਾ ਹੈ? ਇੱਕ ਜਵਾਬ ਤਾਂ ਸਹੀ ਹੈ ਤੁਹਾਡਾ ਵਾਲਾ।
ਸੋ ਟੀਮ ਈ ਦੇ ਵੱਲੋਂ ਜਵਾਬ ਆਇਆ ਨਾਰੀਅਲ ਰੱਖਣਾ ਤੇ ਜਿਹੜਾ ਸੰਪੂਰਨ ਜਵਾਬ ਸੀ ਉਹ ਸੀ ਕੁੰਭ ਰੱਖਣਾ, ਜੋਤ ਜਗਾਉਣਾ ਤੇ ਨਾਰੀਅਲ ਰੱਖਣਾ, ਇਹ ਤਿੰਨੋਂ ਹੀ ਮਨਮਤ ਨੇ। ਸੋ ਇਹਦੇ ਨਾਲ ਹੀ ਟੀਮ ਈ ਦਾ ਸੰਗਾਂ ਦੀ ਹੱਕਦਾਰ ਨਹੀਂ ਹੋਵੇਗੀ ਤੇ ਅਸੀਂ ਹੁਣ ਚੱਲਦੇ ਹਾਂ ਟੀਮ ਸੱਸਾ ਕੋਲ। ਟੀਮ ਸੱਸਾ ਦਾ ਸਵਾਲ ਹੈ ਜੀ, ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਨੂੰ ਕਿਸ ਸਮੇਂ ਉੱਠਣ ਦੀ ਤਾਕੀਦ ਹੈ? ਅੰਮ੍ਰਿਤ ਵੇਲੇ। ਅੰਮ੍ਰਿਤ ਵੇਲੇ ਤੇ ਇਹਨਾਂ ਦਾ ਜਵਾਬ ਬਿਲਕੁਲ ਦਰੁਸਤ ਹੈ ਜੀ ਤੇ ਟੀਮ ਸੱਸਾ ਨੇ ਵੀ ਆਪਣੇ ਖਾਤੇ ਵਿੱਚ 10 ਅੰਕ ਜੋੜ ਲਏ ਨੇ। ਸੋ ਸਿੱਖ ਰਹਿਤ ਮਰਿਆਦਾ ਦੇ ਅੰਤਰਗਤ ਅਸੀਂ ਸਵਾਲ ਪੁੱਛ ਰਹੇ ਇਸ ਰਾਊਂਡ ਦੇ ਵਿੱਚ, ਫਿਰ ਅਸੀਂ ਚੱਲਦੇ ਹਾਂ ਹੁਣ ਤੋਂ ਟੀਮ ਉੜਾ ਦੇ ਕੋਲ। ਦੋਨੋਂ ਸਵਾਲ ਇਹਨਾਂ ਨੂੰ ਪੁੱਛੇ ਜਾਣੇ ਸੀ ਤੇ ਹੁਣ ਤੁਹਾਡੇ ਲਈ ਦੂਸਰਾ ਪ੍ਰਸ਼ਨ ਆ ਰਿਹਾ। ਅੰਮ੍ਰਿਤ ਛਕਾਉਣ ਲਈ ਕਿਤਨੇ ਸਿੰਘਾਂ ਦੀ ਡਿਊਟੀ ਹੋਣੀ ਜ਼ਰੂਰੀ ਹੈ? 6 ਸਿੰਘਾਂ ਦੀ। ਬੜੀ ਤੇਜ਼ੀ ਨਾਲ ਜਵਾਬ ਆਉਂਦਾ ਹੈ ਤੇ ਮਜ਼ਾ ਆ ਜਾਂਦਾ ਹੈ ਜਵਾਬ ਸੁਣ ਕੇ, ਕਿਉਂਕਿ ਜਵਾਬ ਬਿਲਕੁਲ ਸਹੀ ਆਉਂਦਾ ਹੈ ਤੇ ਇਸ ਟੀਮ ਨੇ ਫਿਰ ਤੋਂ ਸਿੱਖ ਰਹਿਤ ਮਰਿਆਦਾ ਰਾਊਂਡ ਦੇ ਵਿੱਚ 10 ਨੰਬਰ ਜਿਹੜਾ ਦੂਸਰਾ ਸਵਾਲ ਸੀ ਉਹਦੇ ਲਈ ਜੋੜ ਲਏ ਨੇ। ਤੇ ਟੀਮ ਆਲਾ ਦਾ ਸਵਾਲ ਹੈ ਜੀ, ਗੁਰੂ ਪੰਥ ਕਿਸ ਨੂੰ ਕਹਿੰਦੇ ਨੇ? ਤਿਆਰ ਬਰ ਤਿਆਰ ਸਿੰਘਾਂ ਦੇ ਸਮੂਹ ਨੂੰ ਗੁਰੂ ਪੰਥ ਕਹਿੰਦੇ ਹਨ। ਕਿਆ ਬਾਤ ਹੈ ਜੀ, ਬਹੁਤ ਹੀ ਸ਼ਾਨਦਾਰ ਜਵਾਬ ਮਿਲਿਆ ਹੈ ਟੀਮ ਦੇ ਵੱਲੋਂ ਤੇ ਇਹ ਜਵਾਬ ਬਿਲਕੁਲ ਦਰੁਸਤ ਹੈ ਜੀ। ਖਾਤੇ ਦੀ ਵਿੱਚ 10 ਅੰਕ ਹੋਰ ਜੋੜ ਲਏ ਨੇ ਟੀਮ ਆਲਾ ਨੇ ਤੇ ਉੜਾ ਤੇ ਆੜਾ ਟੀਮ ਇੱਕ ਦੂਸਰੇ ਨੂੰ ਟੱਕਰ ਦਿੰਦੀ ਹੋਈ ਇਸ ਵੇਲੇ ਤੇ ਦੇਖਦੇ ਹਾਂ ਹੁਣ ਇੱਕ ਰਾਊਂਡ ਹੋਰ ਹੈ, ਇਸ ਤੋਂ ਬਾਅਦ ਤੇ ਕਿਹੜਾ ਜਿਹੜਾ ਇਹਨਾਂ ਵਿੱਚੋਂ ਹੈ ਵਿਜੇਤਾ ਘੋਸ਼ਿਤ ਹੋਏਗਾ ਇਸ ਮੁਕਾਬਲੇ ਦਾ। ਤੇ ਹੁਣ ਅਸੀਂ ਫੇਰ ਤੋਂ ਚੱਲਦੇ ਹਾਂ ਜੀ ਈਡੀ ਟੀਮ ਵੱਲ। ਬਹੁਤ ਧਿਆਨ ਨਾਲ ਸਵਾਲ ਸੁਣਨਾ। ਇੱਕ ਪਹਿਰ ਰਾਤ ਰਹਿੰਦੀ ਨੂੰ ਕੀ ਕਿਹਾ ਜਾਂਦਾ ਹੈ? ਇੱਕ ਪਹਿਰ ਰਾਤ ਰਹਿੰਦੀ ਨੂੰ ਕੀ ਕਿਹਾ ਜਾਂਦਾ ਹੈ? ਸਮਾਂ ਸ਼ੁਰੂ ਹੋ ਚੁੱਕਾ ਹੈ। ਅੰਮ੍ਰਿਤ ਵੇਲਾ। ਵਾਹ ਜੀ ਵਾਹ, ਬਿਲਕੁਲ ਸਹੀ ਜਵਾਬ ਤੇ 10 ਨੰਬਰ ਟੀਮ ਈਡੀ ਨੇ ਲੈ ਲਏ ਨੇ। ਤੇ ਵਾਰੀ ਟੀਮ ਸੱਸਾ ਦੀ। ਕੀ ਅੰਮ੍ਰਿਤ ਦੀ ਤਿਆਰੀ ਦੌਰਾਨ ਅੱਧ ਵਾਟੇ ਆਉਣ ਵਾਲਾ ਅੰਮ੍ਰਿਤ ਛਕ ਸਕਦਾ ਹੈ? ਨਹੀਂ। ਨਹੀਂ, ਸ਼ੋਰ ਹੋ? ਬਿਲਕੁਲ ਜੀ, ਇਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਜੀ ਤੇ ਟੀਮ ਸੱਸਾ ਨੇ ਵੀ ਖਾਤੇ ਵਿੱਚ 10 ਅੰਕ ਜੋੜੇ ਨੇ। ਤਾਂ ਇਸ ਦੇ ਨਾਲ ਹੀ ਸਾਡਾ ਸਿੱਖ ਰਹਿਤ ਮਰਿਆਦਾ ਦਾ ਇਹ ਰਾਊਂਡ ਇੱਥੇ ਸਮਾਪਤ ਹੋ ਜਾਂਦਾ ਹੈ ਤੇ ਅਗਲੇ ਰਾਊਂਡ ਦੇ ਵੱਲ ਵੱਧਦੇ ਹਾਂ। ਉਸ ਤੋਂ ਪਹਿਲਾਂ ਇੱਕ ਗੱਲ ਦਾ ਹੋਰ ਜ਼ਿਕਰ ਕਰਦੇ ਚੱਲੀਏ। ਅੱਜ ਜਦੋਂ ਦੇਸ਼ ਦੇ ਵਿੱਚ ਬੇਰੁਜ਼ਗਾਰੀ ਫੈਲੀ ਜਾ ਰਹੀ ਹੈ ਤੇ ਉਸ ਸਮੇਂ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੇ ਇੱਕ ਹੋਰ ਵੱਡਾ ਉਪਰਾਲਾ ਕੀਤਾ ਹੈ ਕਿ ਕਾਲਜਾਂ ਦੇ ਵਿੱਚ ਪਲੇਸਮੈਂਟ ਸੈੱਲ ਨੇ ਜਿਹੜੇ ਉਹ ਸਥਾਪਿਤ ਕੀਤੇ ਜਾ ਰਹੇ ਨੇ, ਜਿੱਥੇ ਵੱਖ ਵੱਖ ਕੰਪਨੀਆਂ ਨੇ ਆ ਕੇ ਜਿਹੜੀਆਂ ਉਹ ਆ ਕੇ ਬੱਚਿਆਂ ਦੇ ਸੈਮੀਨਾਰ ਵਗੈਰਾ ਕਰਵਾਉਂਦੀਆਂ ਨੇ। ਜੀ, ਇਸੇ ਨਾਲ ਇੱਕ ਗੱਲ ਹੈ ਕਿ ਹੁਣੇ ਜਿਵੇਂ ਕੁਛ ਦਿਨ ਹੋਏ ਨੇ ਇੱਕ ਬਹੁਤ ਵੱਡਾ ਮੈਗਾ ਪਲੇਸਮੈਂਟ ਡਰਾਈਵ ਕਰਵਾਈ ਗਈ ਸੀਗੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ, ਜਿਹਦੇ ਵਿੱਚ ਕਿੰਨੇ ਹੀ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਕੰਪਨੀਆਂ ਦੇ ਅੱਗੇ ਅਪੀਅਰ ਹੋਏ। ਉਹਨਾਂ ਨੇ ਵਿਦਿਆਰਥੀਆਂ ਨੇ ਇੰਟਰਵਿਊ ਦਿੱਤੀ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ ਵਿੱਚ ਹੀ ਪੜ੍ਹ ਰਹੇ ਨੇ ਤੇ ਉਹਨਾਂ ਬੱਚਿਆਂ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਬਹੁਤ ਵਧੀਆ ਨੌਕਰੀਆਂ ਬੜੀ ਵਧੀਆ ਪਦਵੀ ਤੇ ਹਾਸਿਲ ਵੀ ਕੀਤੀਆਂ ਨੇ ਤੇ ਇਸੇ ਤਰ੍ਹਾਂ ਜਿਹੜੇ ਹੋਰ ਬੱਚੇ ਆ ਹੁਣ ਨਵੇਂ ਆਉਣ ਵਾਲੇ ਉਹਨਾਂ ਨੂੰ ਵੀ ਇੱਕ ਉਮੀਦ ਦਿਖਾਈ ਦਿੰਦੀ ਹੈ ਕਿ ਜੇ ਉਹ ਸੋਹਣੀ ਵਿੱਦਿਆ ਹਾਸਿਲ ਕਰਨਗੇ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਨੌਕਰੀ ਲੈਣ ਲਈ ਕਿਤੇ ਇੱਧਰ ਉੱਧਰ ਨਹੀਂ ਭਟਕਣਾ ਪਵੇਗਾ। ਇੱਕੋ ਜਗ੍ਹਾ ਤੇ ਕੰਪਨੀਆਂ ਆਉਣਗੀਆਂ ਤੇ ਬੱਚੇ ਉੱਥੇ ਆਪਣੀ ਇੰਟਰਵਿਊ ਦੇ ਕੇ ਜਿਹੜੀ ਨੌਕਰੀ ਆ ਉਹ ਹਾਸਿਲ ਕਰ ਸਕਦੇ ਨੇ। ਇਹ ਬਹੁਤ ਵੱਡਾ ਉਪਰਾਲਾ ਜੀ ਤੇ ਇਸੇ ਦੇ ਵਿੱਚੋਂ ਹੀ ਇਹ ਨਿਕਲਿਆ ਹੋਇਆ ਹੈ ਗਿਆਨ ਪ੍ਰਚੰਡ, ਕਿਉਂਕਿ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋ ਰਿਹਾ ਇੱਥੋਂ ਜੀ ਤੇ ਸਾਡਾ ਅਗਲਾ ਰਾਊਂਡ ਜਾਣੀ ਕਿ 5ਵਾਂ ਰਾਊਂਡ ਇਹ ਸੰਬੰਧਿਤ ਹੈ ਜੀ ਚਲੰਤ ਮੁੱਦਿਆਂ ਦੇ ਨਾਲ ਤੇ ਇਸ ਦੇ ਵਿੱਚ ਹਰ ਟੀਮ ਦੇ ਪਾਸੋਂ 2-2 ਸਵਾਲ ਪੁੱਛੇ ਜਾਣੇ ਨੇ ਪਰ ਇਸ ਦੇ ਵਿੱਚ ਤੁਹਾਨੂੰ ਆਪਸ਼ਨ ਜ਼ਰੂਰ ਮਿਲਣਗੀਆਂ, ਠੀਕ ਹੈ ਜੀ।
ਹਰ ਸਵਾਲ ਦਾ ਸਹੀ ਜਵਾਬ ਦੇਣ ਤੇ ਖਾਤੇ ਵਿੱਚ 10 ਅੰਕ ਜੋੜੇ ਜਾਣਗੇ। ਠੀਕ ਹੈ ਜੀ, ਧਿਆਨ ਰੱਖਣਾ ਹੈ ਤੁਸੀਂ। ਤੇ ਮੁਕਾਬਲੇ ਦਾ ਆਗਾਜ਼ ਕਰਦੇ ਆ ਟੀਮ ਊੜਾ ਤੋਂ। ਤੁਹਾਡਾ ਸਵਾਲ ਹੈ ਜੀ, ਨੋ ਸਮੋਕਿੰਗ ਡੇ 2024 ਕਦੋਂ ਮਨਾਇਆ ਗਿਆ? ਤੁਹਾਡੇ ਆਪਸ਼ਨ ਨੇ 13 ਜਨਵਰੀ, 13 ਮਾਰਚ, 22 ਮਾਰਚ ਜਾਂ ਫਿਰ 1 ਅਪ੍ਰੈਲ। ਜਵਾਬ ਆਇਆ ਹੈ 22 ਮਾਰਚ। ਤੁਹਾਡਾ ਇਹ ਜਵਾਬ ਹੈ ਜਿਹੜਾ, ਸ਼ੋਰ ਨਹੀਂ ਹੋ, ਤੁੱਕਾ ਲਾਇਆ ਹੈ ਤੇ ਤੁੱਕਾ ਤੀਰ ਨਹੀਂ ਬਣਿਆ, ਕਿਉਂਕਿ ਇਸਦਾ ਸਹੀ ਜਵਾਬ ਹੈ ਜੀ, ਨੋ ਸਮੋਕਿੰਗ ਡੇ 2024 13 ਮਾਰਚ ਨੂੰ ਮਨਾਇਆ ਗਿਆ। ਠੀਕ ਹੈ ਜੀ। ਟੀਮ ਐੜਾ ਲਈ ਤੇ ਚਲੰਤ ਮੁੱਦਿਆਂ ਦੇ ਅੰਤਰਗਤ ਮੈਂ ਸਵਾਲ ਪੁੱਛਣ ਲੱਗੀ ਹਾਂ। ਅਕਤੂਬਰ 2021 ਵਿੱਚ ਤੀਜੀ ਨੈਸ਼ਨਲ ਓਪਨ 400 ਮੀਟਰ ਚੈਂਪੀਅਨਸ਼ਿਪ ਕਿੱਥੇ ਆਯੋਜਿਤ ਕੀਤੀ ਗਈ ਸੀ? ਆਪਸ਼ਨ ਸੁਣ ਲਓ, ਚੰਡੀਗੜ੍ਹ, ਨਵੀਂ ਦਿੱਲੀ, ਅੰਮ੍ਰਿਤਸਰ, ਮੁੰਬਈ। ਕੋਈ ਕਲੂ ਨਹੀਂ? ਹਾਂ, ਜਵਾਬ ਤਾਂ ਦੇਣਾ ਪੈਣਾ ਜੀ, ਮੁੰਬਈ। ਸੋ ਬੜੇ ਭਾਰੀ ਜੇ ਮਨ ਦੇ ਨਾਲ ਜਵਾਬ ਆਇਆ ਮੁੰਬਈ, ਤੇ ਭਾਰੀ ਮਨ ਨੇ ਗਲਤ ਜਵਾਬ ਦੇ ਦਿੱਤਾ। ਸਹੀ ਜਵਾਬ ਸੀ ਨਵੀਂ ਦਿੱਲੀ ਵਿੱਚ ਅਕਤੂਬਰ 2021 ਵਿੱਚ ਤੀਜੀ ਨੈਸ਼ਨਲ ਓਪਨ 400 ਮੀਟਰ ਚੈਂਪੀਅਨਸ਼ਿਪ ਆਯੋਜਿਤ ਕੀਤੀ ਗਈ ਸੀ। ਸੋ ਗਲਤ ਜਵਾਬ ਦੇਣ ਕਰਕੇ ਅਸੀਂ ਅੰਕ ਨਹੀਂ ਦੇ ਪਾਵਾਂਗੇ। ਅਸੀਂ ਪਹੁੰਚਦੇ ਹਾਂ ਜੀ ਟੀਮ ਈੜੀ ਦੇ ਕੋਲ। ਤੁਹਾਡਾ ਸਵਾਲ ਹੈ ਜੀ, ਕਿਸ ਰਾਜ ਸਰਕਾਰ ਨੇ ਨੌਜਵਾਨਾਂ ਨੂੰ ਵਿਆਜ ਮੁਕਤ ਕਰਜ਼ ਦੇਣ ਲਈ ਸਵਾਇਮ ਯੋਜਨਾ ਸ਼ੁਰੂਆਤ ਕੀਤੀ ਹੈ? ਠੀਕ ਹੈ ਜੀ, ਤੁਹਾਡੇ ਆਪਸ਼ਨ ਨੇ ਉੜੀਸਾ, ਗੋਆ, ਕੇਰਲ ਜਾਂ ਫਿਰ ਰਾਜਸਥਾਨ। ਕੇਰਲ। ਕੇਰਲ ਤੁੱਕਾ ਲਗਾਇਆ ਗਿਆ ਸੀ ਤੇ ਇਹ ਤੁੱਕਾ ਤੀਰ ਨਹੀਂ ਬਣਿਆ। ਜਵਾਬ ਤੁਹਾਡਾ ਗਲਤ ਹੈ ਜੀ, ਕਿਉਂਕਿ ਇਸ ਦਾ ਸਹੀ ਉੱਤਰ ਹੈ ਜੀ ਉੜੀਸਾ। ਠੀਕ ਹੈ ਜੀ, ਅੱਗੇ ਤੋਂ ਯਾਦ ਰੱਖਣਾ ਹੈ। ਸੋ ਚੱਲਦੇ ਜੀ ਟੀਮ ਸੱਸਾ ਕੋਲ ਚਲੰਤ ਮਸਲਿਆਂ ਦੇ ਅਧੀਨ ਸਵਾਲ ਲੈ ਕੇ। ਸਵਾਲ ਹੈ, ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਵਾਲਾ ਭਾਰਤ ਦਾ ਤੀਜਾ ਰਾਜ ਕਿਹੜਾ ਬਣਿਆ? ਗੋਆ, ਉੱਤਰਾਖੰਡ, ਅਸਾਮ, ਉੱਤਰ ਪ੍ਰਦੇਸ਼। ਸਮੇਂ ਦੀ ਸ਼ੁਰੂਆਤ। ਤਿੰਨ ਸੈਕਿੰਡ ਰਹਿ ਗਏ ਬੱਚੇ, ਜਵਾਬ ਦਿਓ। ਉੱਤਰਾਖੰਡ। ਬੜੀ ਤੇਜ਼ੀ ਦੇ ਨਾਲ ਜਵਾਬ ਆਇਆ, ਪਰ ਸ਼ੋਰ ਨਹੀਂ ਸੀਗੇ, ਇਸ ਕਰਕੇ ਜਵਾਬ ਗਲਤ ਹੋ ਗਿਆ। ਸਹੀ ਜਵਾਬ ਹੈ ਅਸਾਮ। ਅਸਾਮ ਜਿਹੜਾ ਰਾਜ ਹੈ ਉਹ ਤੀਸਰਾ ਰਾਜ ਬਣਿਆ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਦੇ ਲਈ। ਠੀਕ ਹੈ ਜੀ, ਫਿਰ ਤੋਂ ਪਹੁੰਚਦੇ ਹਾਂ ਟੀਮ ਊੜਾ ਦੇ ਕੋਲ। ਤੁਹਾਡਾ ਸਵਾਲ, ਅੰਤਰਰਾਸ਼ਟਰੀ ਮਾਤਾ ਧਰਤੀ ਦਿਵਸ 2024 ਕਦੋਂ ਮਨਾਇਆ ਗਿਆ? ਤੁਹਾਡੇ ਆਪਸ਼ਨ ਨੇ 20 ਮਾਰਚ, 22 ਮਾਰਚ, 22 ਅਪ੍ਰੈਲ ਜਾਂ ਫਿਰ 14 ਅਪ੍ਰੈਲ। ਸਮੇਂ ਦੀ ਸ਼ੁਰੂਆਤ ਹੋ ਚੁੱਕੀ ਹੈ। 22 ਮਾਰਚ। 22 ਮਾਰਚ। ਸੋ ਆ ਡੇਟ ਬਹੁਤ ਚੰਗੀ ਲੱਗਦੀ ਹੈ ਇਹਨੂੰ, 22 ਮਾਰਚ। ਪਹਿਲਾਂ ਵੀ ਮਾਰਚ ਹੀ ਜਵਾਬ ਦਿੱਤਾ ਸੀ। ਸਹੀ ਕਰਦੀ ਹੈ,
ਪਰ ਨਹੀਂ, ਕਿਉਂਕਿ ਤੁਹਾਡਾ ਜਵਾਬ ਹੀ ਗਲਤ ਹੈ। ਫਿਰ ਸਹੀ ਕਿਵੇਂ ਕਰ ਦਈਏ? ਇਸ ਸਵਾਲ ਦਾ ਸਹੀ ਜਵਾਬ ਹੈ ਜੀ, ਅੰਤਰਰਾਸ਼ਟਰੀ ਮਾਤਾ ਧਰਤੀ ਦਿਵਸ 2024 22 ਅਪ੍ਰੈਲ ਨੂੰ ਮਨਾਇਆ ਗਿਆ। ਠੀਕ ਹੈ, ਅੱਗੇ ਤੋਂ ਯਾਦ ਰੱਖਣਾ ਹੈ। ਸੋ ਅਗਲਾ ਸਵਾਲ ਹੈ ਟੀਮ ਐੜਾ ਦੇ ਲਈ। ਬੜੇ ਧਿਆਨ ਦੇ ਨਾਲ ਟੀਮ ਐੜਾ ਆਪਣਾ ਸਵਾਲ ਸੁਣੋ। ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ ਕਿਸ ਨਦੀ ਉੱਤੇ ਬਣਾਇਆ ਗਿਆ ਹੈ? ਸਤਲੁਜ, ਬਿਆਸ, ਚਨਾਬ, ਰਾਵੀ। ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ। ਬਿਆਸ। ਇੱਕ ਵਾਰੀ ਫੇਰ ਉਸੇ ਤਰ੍ਹਾਂ ਹੀ, ਤੇ ਹੁਣ ਤਾਂ ਤੁਸੀਂ ਦੱਸ ਚੁੱਕੇ ਹੋ, ਹੁਣ ਰਾਵੀ ਵੀ ਸੋਚਣ ਦਾ ਫਾਇਦਾ ਨਹੀਂ। ਸਹੀ ਜਵਾਬ ਹੈ ਜਿਹੜਾ ਚਨਾਬ ਹੈ। ਚਨਾਬ ਦਰਿਆ ਉੱਤੇ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ ਬਣਾਇਆ ਗਿਆ ਹੈ। ਤੇ ਫਿਰ ਤੋਂ ਪਹੁੰਚਦੇ ਅਸੀਂ ਜੀ ਸ਼੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਰਮਦਾਸ ਸ਼੍ਰੀ ਅੰਮ੍ਰਿਤਸਰ ਕੋਲ। ਤੁਹਾਡਾ ਸਵਾਲ ਹੈ ਜੀ, ਕਿਸ ਰਾਜ ਦੇ ਰਾਜਪਾਲ ਨੇ ਜਨਵਰੀ 2023 ਈਸਵੀ ਵਿੱਚ 30% ਮਹਿਲਾ ਰਾਖਵਾਕਰਨ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ? ਤੁਹਾਡੇ ਆਪਸ਼ਨ ਨੇ ਉੱਤਰਾਖੰਡ, ਬਿਹਾਰ, ਪੰਜਾਬ ਜਾਂ ਫਿਰ ਹਰਿਆਣਾ। ਸੋ ਟੀਮ ਸਲਾਹ ਮਸ਼ਵਰਾ ਕਰ ਰਹੀ ਹੈ, 2 ਸੈਕਿੰਡ। ਹਰਿਆਣਾ। ਹਰਿਆਣਾ, ਪਰ ਇਹ ਹਰਿਆਣਾ ਨਹੀਂ, ਕਿਉਂਕਿ ਗੁਆਂਢੀ ਸੂਬਾ ਤਾਂ ਸਾਡਾ ਜ਼ਰੂਰ ਹੈ, ਪਰ ਉਹਨਾਂ ਨੇ ਬਿੱਲ ਨੂੰ ਮਨਜ਼ੂਰੀ ਨਹੀਂ ਦਿੱਤੀ, ਕਿਉਂਕਿ ਇਹ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਜੀ ਉੱਤਰਾਖੰਡ ਦੇ ਰਾਜਪਾਲ ਨੇ। ਠੀਕ ਹੈ ਜੀ, ਯਾਦ ਰੱਖਣਾ ਹੈ, ਟੀਮ ਦਾ ਇਹ ਜਵਾਬ ਗਲਤ ਹੋ ਚੁੱਕਿਆ ਹੈ। ਤੇ ਟੀਮ ਸੱਸਾ ਲਈ ਇਸ ਮੁਕਾਬਲੇ ਦਾ ਆਖਰੀ ਸਵਾਲ, ਇਹ ਸ਼ਾਇਦ ਤੁਹਾਨੂੰ ਇਹਦਾ ਜਵਾਬ ਆਉਂਦਾ ਹੋਵੇ, ਇਸ ਕਰਕੇ ਬੜੇ ਧਿਆਨ ਨਾਲ ਸੁਣਨਾ। ਭਾਰਤ ਵਿੱਚ 2024 ਈਸਵੀ ਵਿੱਚ ਕਿੰਨਵੀਆਂ ਲੋਕ ਸਭਾ ਚੋਣਾਂ ਹੋਈਆਂ ਸਨ? 16ਵੀਆਂ, 17ਵੀਆਂ, 18ਵੀਆਂ ਜਾਂ 19ਵੀਆਂ? 17ਵੀਆਂ। ਨੇੜੇ ਜੇ ਰਹਿ ਗਏ, ਜਵਾਬ ਗਲਤ ਹੋ ਗਿਆ, ਪਰ ਸਹੀ ਜਵਾਬ ਸੀ 18ਵੀਆਂ ਲੋਕ ਸਭਾ ਚੋਣਾਂ ਹੋਈਆਂ ਸਨ। ਸੋ ਮੈਨੂੰ ਲੱਗਦਾ ਸੀ ਸ਼ਾਇਦ ਇਹਦਾ ਜਵਾਬ ਆਊਗਾ, ਮੇ ਬੀ ਤੁਹਾਡੇ ਕੋਲ ਪੁਰਾਣਾ ਕੋਈ ਅਪਡੇਟ ਪਿਆ, ਮਤਲਬ ਨਵਾਂ ਅਪਡੇਟ ਨਹੀਂ ਤੁਸੀਂ ਕੀਤਾ, ਹੈ ਨਾ, ਜਿਹੜਾ ਜਵਾਬ ਸੀਗਾ ਕੋਈ ਪੁਰਾਣੀ ਬੁੱਕ ਚੋਂ ਪੜ੍ਹ ਲਿਆ ਹੋਣਾ ਗਲਤੀ ਨਾਲ, 17ਵੀਆਂ ਲੋਕ ਸਭਾ ਚੋਣਾਂ। ਸੋ ਇਹਦੇ ਨਾਲ ਹੀ ਜਿਹੜਾ ਇਹ ਮੁਕਾਬਲਾ ਹੈ ਮੁਕੰਮਲ ਹੁੰਦਾ ਹੈ। 5 ਰਾਊਂਡਸ ਹੋ ਚੁੱਕੇ ਨੇ, ਚਾਰੋਂ ਟੀਮਾਂ ਨੇ ਆਪਣੀ ਆਪਣੀ ਜਿਹੜੀ ਕਾਰਗੁਜ਼ਾਰੀ ਉਹ ਵਿਖਾ ਦਿੱਤੀ ਹੈ। ਹੁਣ ਅਸੀਂ ਜੱਜ ਸਾਹਿਬ ਨੂੰ ਪੁੱਛਦੇ ਹਾਂ ਕਿ ਇਹਨਾਂ ਚਾਰੋਂ ਟੀਮਾਂ ਦਾ ਕੀ ਸਕੋਰ ਰਿਹਾ। ਤੇ ਇਹਨਾਂ ਚਾਰਾਂ ਟੀਮਾਂ ਦੇ ਵਿੱਚੋਂ ਜਿਹੜੀ ਟੀਮ ਪਹਿਲਾ ਸਥਾਨ ਹਾਸਲ ਕਰੇਗੀ ਉਹ ਅੱਗੇ ਸਾਡੇ ਨਾਲ ਸੈਮੀਫਾਈਨਲ ਦੇ ਲਈ ਜਾਏਗੀ, ਤੇ 3 ਟੀਮਾਂ ਨੂੰ ਬੈਸਟ ਆਫ ਲੱਕ। ਤਾਂ ਜੱਜ ਸਾਹਿਬਾਨ ਦੇ ਵੱਲੋਂ ਨਤੀਜੇ ਨੇ ਜਿਹੜੇ ਉਹ ਐਲਾਨੇ ਜਾ ਚੁੱਕੇ ਨੇ। ਬੀਬੀ ਰਜਨੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪੱਟੀ ਤਰਨ ਤਾਰਨ ਨੇ 120 ਅੰਕਾਂ ਦੇ ਨਾਲ ਇਹਨਾਂ ਮੁਕਾਬਲਿਆਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ, ਤੇ ਇਹ ਟੀਮ ਸਾਡੇ ਨਾਲ ਸੈਮੀਫਾਈਨਲ ਦੇ ਲਈ ਚੁਣੀ ਜਾ ਰਹੀ ਹੈ। ਤੇ ਬਾਕੀ 3 ਟੀਮਾਂ ਦੀ ਘਰ ਵਾਪਸੀ ਅੱਜ ਇੱਥੋਂ ਹੋ ਰਹੀ ਹੈ। ਪਰ ਤੁਸੀਂ ਦਿਲ ਨਹੀਂ ਹਾਰਨਾ, ਕਿਉਂਕਿ ਜਿਹੜਾ ਆਖਰੀ ਇੱਕ ਮੁਕਾਬਲਾ ਹੋਣਾ ਹੈ ਇਸੇ ਅੰਤਰਗਤ ਹੀ, ਉਹਦੇ ਵਿੱਚ ਸਾਰੇ ਮੁਕਾਬਲਿਆਂ ਤੋਂ ਬਾਅਦ ਜਿਹੜੀ ਟੀਮ ਦੇ ਸਭ ਤੋਂ ਜ਼ਿਆਦਾ ਨੰਬਰ ਹੋਣਗੇ ਉਹਨਾਂ ਵਿੱਚੋਂ ਕੋਈ ਇੱਕ ਟੀਮ ਚੁਣੀ ਜਾਵੇਗੀ ਦੁਬਾਰਾ ਮੁਕਾਬਲੇ ਲਈ ਵਾਈਲਡ ਕਾਰਡ ਐਂਟਰੀ ਵਜੋਂ। ਠੀਕ ਹੈ, ਸੋ ਹੋ ਸਕਦਾ ਹੈ
ਤੁਹਾਡਾ ਨੰਬਰ ਲੱਗ ਜਾਵੇ ਤੇ ਇਸ ਦੇ ਨਾਲ ਹੀ ਇਹਨਾਂ ਮੁਕਾਬਲਿਆਂ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਫਿਰ ਤੋਂ ਹਾਜ਼ਰ ਹੋਵਾਂਗੇ ਇੱਕ ਨਵੇਂ ਐਪੀਸੋਡ ਦੇ ਨਾਲ। ਹੁਣ ਮੈਨੂੰ ਯਾਨੀ ਰਜਿੰਦਰ ਸਿੰਘ ਨੂੰ ਤੇ ਮੈਨੂੰ ਡਾਕਟਰ ਅਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਪਰਚੰਦ ਗਿਆਨ